ਓ ਬੇਬੇ ਕਿੱਥੇ ਜਾਵੜੀ ਇੰਨਾ ਟਾਈਮ ਕਾਦੋ ਲਾਤਾ ਮੈਂ ਲੇਟ ਹੋਈ ਜਾਣਾਗਾ ਲਿਆ ਰੋਟੀ ਛੇਦ ਦੇ ਨੇ ਆਉਣੀ ਆਉਣੀ ਆ ਪੁੱਤ ਆਉਣੀ ਆ ਹੋਰ ਕੀ ਆ ਕਿੰਨਾ ਟਾਈਮ ਲਾਤਾ ਲਿਆ ਛੇਤੀ ਆ ਲੈ ਖਾੜ ਬਾੜੀ ਆਗਮਚਾਉਣਾ ਤੋ 2 ਮਿੰਟਾਂ ਹੀ ਤਾਂ ਲੱਗਦੇ ਹੁੰਦੇ ਰੋਟੀ ਪਾਉਣ ਲੱਗੇ ਆ ਰੋਟੀ ਤਾਂ ਪਾ ਲਿਆਂ ਦੀ ਆ ਰੁੱਖੀ ਲਿਆਂ ਦੀ ਕੋਈ ਘਿਓ ਦਾ ਪਾ ਦੇਂਦੀ ਮਾਂ ਮੇਰੀ ਵੇ ਮੈਂ ਤਾਂ ਭੁੱਲ ਗਈ ਇੱਕ ਤਾਂ ਤੂੰ ਭਾਈ ਕਾਹਲ ਬਾਲੀ ਕਰਦਾ ਸੁਰਤ ਮਦਲਾ ਦੇਣਾ ਦੂਜੇ ਬੰਦੇ ਦੀ ਵੀ ਲਿਆ ਪਾ ਕੇ ਛੇਤੀ ਆ ਰੋਟੀ ਤਾਂ ਚੱਲ ਮੈਂ ਉੱਥੇ ਖਾ ਲੈਂਦਾ ਮੈਨੂੰ ਆਹ ਦੱਸ ਦੇ ਡਾਕੂਮੈਂਟ ਦੇ ਸਾਰੇ ਪਾ ਤੇ ਮੇਰੇ ਕਿ ਪਾਏ ਨਹੀਂ ਇੰਟਰਵਿਊ ਤਾਂ ਨਾ ਮੈਂ ਹੋ ਕਦੇ ਹੋ ਜਾ ਕਿਤੇ ਆ ਲੈ ਫੜ ਰੋਟੀ ਖਾ ਲੈ ਆ ਕਿ ਰੋਟੀ ਤਾਂ ਮੈਂ ਉੱਥੇ ਖਾ ਲੂ ਘਰੋਂ ਟਿੱਡ ਭਰ ਕੇ ਜਾਈਦਾ ਹੁੰਦਾ ਫੇਰ ਕੰਮ ਬਣਦਾ ਹੁੰਦਾ ਸਾਰਾ ਕੁਝ ਇਹਦੇ ਵਿੱਚ ਐ ਤੇਰਾ ਕਾਗਜ਼ ਪੱਤਰ ਖੁਸ਼ੀ ਨੂੰ ਫਰੋਲੀ ਚੱਲ ਇੱਥੇ ਹੀ ਸਿੱਟ ਜਾਏਗਾ ਤੂੰ ਰੋਟੀ ਖਾ ਚੱਲ ਖਾਣਾ ਪੈ ਨਹੀਂ ਦੇਖਦੀ ਕਿਤੇ ਬੇ ਹੋ ਬਸ ਨੰਗੀ ਉਹਦੀ ਅੱਜ ਅੰਦਰ ਹੀ ਹੈਗੀ ਕਿਤਾਬਾਂ ਜਾਂ ਚੱਕੀਆਂ ਜਾਂਦੀਆਂ ਪਤਾ ਨਹੀਂ ਕੀ ਤੇ ਦੂਜੀ ਵਸਤੇ ਜਾਊਗੀ ਅੱਜ ਤੇ ਉਹ ਦੂਜੀ ਤੇ ਕਿਉਂ ਜਾਣਾ ਮੈਂ ਉਧਰ ਦੀ ਨੰਗਣਾ ਨੂੰ ਛੱਡ ਜ ਬਾਛਾੜ ਜੀ ਫਿਰ ਤਾਂ ਵਧੀਆ ਗੱਲ ਐ ਮਨਿੰਦਰ ਹੋਰ ਕੀ ਆ ਕਿੱਧਰ ਹੁਣ ਦੂਜੀ ਵਾਸਤੇ ਪਹਿਲੇ ਮੋੜਿਆ ਹੀ ਅੱਡੇ ਤੋਂ ਹੁਣ ਫੇਰ ਜਾਊਗੀ ਦੁਬਾਰੇ ਮਨਿੰਦਰ ਹਾਂ ਆਕਾਸ਼ ਕੀ ਗੱਲ ਲੇਟ ਹੋ ਗਈ ਅੱਜ? ਉਹ ਪਤਾ ਨਹੀਂ ਲੱਗਿਆ ਅੱਜ ਤਾਂ ਮੈਂ ਸੁੱਤੀ ਪਈ ਰਹਿ ਗਈ। ਸੁੱਤੀ ਪਈ ਰਹਿ ਗਈ। ਚੱਲ ਕੋਈ ਨਾ ਤਿਆਰ ਹੋ ਜਾ ਦੂਜੀ ਵਸਤੇ ਜਾਂਦੀ ਕੋਈ ਲੋੜ ਨਹੀਂ। ਮੈਂ ਜਾਵਾਂਗਾ ਉਧਰ ਤੇ ਤੈਨੂੰ ਨਾਲ ਹੀ ਲੈ ਜਾਊਂਗਾ। ਤਿਆਰ ਆ ਮੈਂ ਤਾਂ ਤੂੰ ਚੱਲ ਕੇ ਰ। ਬਸ ਠੀਕ ਐ। ਬਸ ਰੋਟੀ ਖਾਦੀ ਪਈ ਐ। ਉਧਰ ਰੋਟੀ ਤੇ ਖਾ ਲਾ। ਉਹ ਬਸ ਖਾਦੀ ਪਈ ਮੈਨੂੰ ਪਤਾ ਮੈਂ ਅੱਗੇ ਲੇਟ ਹੋਈ ਜਾਣਾ। ਲੈ ਰੋਟੀ। ਹੁਣ ਕੀ ਹੁਣ ਕਰਦੇ ਨੇ ਤਾਂ ਇਹਨੇ ਪਹਿਲਾਂ ਰੋਟੀਆਂ ਮਗਾਉਣੀਆਂ ਹੁਣ ਖਾਦੀ ਵੀ ਆਈ ਗਈ। ਇੰਟਰਵਿਊ ਐ। ਜੇ ਅੱਜ ਕਲੀਅਰ ਹੋ ਗਈ ਨਾ ਫਿਰ ਉਦੋਂ ਰੋਟੀਆਂ ਖਾਣਦੀਆਂ ਕੋਈ ਗੱਲ ਨਹੀਂ। ਜੌਬ ਮਿਲ ਜਾਂ ਨਾ ਕਿੱਧਰ ਤੋਰੀ ਲੈ ਕੇ ਜਾਣਾ ਮੋਟਰਸਾਈਕਲ ਕਿੱਥੇ ਆ ਮੋਟਰਸਾਈਕਲ ਬਾਹਰ ਹੀ ਖੜਾ ਨਾਲੇ ਮੇਰੀ ਗੱਲ ਸੁਣ ਨਾ ਤੂੰ ਉੱਥੇ ਪੜਾਉਣੀ ਵੀ ਕਿਸੇ ਨੂੰ ਕਿ ਪੜਾਉਂਦੀ ਨਹੀਂ ਉਹੀ ਗੱਲਾਂ ਮਾਰ ਕੇ ਮੁੜੇ ਆਉਣੀ ਐ ਉਹ ਬਸ ਰਹਿਣ ਦੇ ਕਰ ਹੁਣ ਤੱਕ ਤੈਨੂੰ ਵੀ ਮੈਂ ਹੀ ਪੜਾਇਆ ਪਤਾ ਕਿੰਨਾ ਦਿਮਾਗ ਖਾਂਦੇ ਜਵਾਬ ਉੱਥੇ ਸਾਧ ਦਿਨ ਮੈਂ ਤਾਂ ਹੀ ਲੰਘ ਜਾਂਦਾ ਤਾਂ ਹੀ ਤਾਂ ਮਰੈਨਾ ਸਿਰ ਦੁਖਦਾ ਦੁਖਦਾ ਦੇ ਰਾ ਸਿਰ ਤੂੰ ਐ ਕਰ ਹੁਣ ਦੁਆ ਕਰ ਮੇਰੀ ਨੌਕਰੀ ਲੱਗ ਜੇ ਉਹ ਦਵਸਤ ਤੈਨੂੰ ਕਿੰਨਾ ਟਾਈਮ ਹੋ ਗਿਆ ਯਾਰ ਅਜੇ ਤੱਕ ਨਹੀਂ ਐਨਾ ਟਾਈਮ ਪਤਾ ਨਹੀਂ ਕੀ ਕਰਦੀ ਹੋਣੀ ਐ ਨਹੀਂ ਉਹ ਕਿਵੇਂ ਆ ਯਾਰ ਠੀਕ ਐ ਵਧੀਆ ਤੁਸੀਂ ਦੱਸੋ ਕਿਵੇਂ ਇੱਥੇ ਬੈਠਾ ਬਸ ਹੁਣੀ ਬੈਠ ਗਿਆ ਯਾਰਾ ਜੇ ਕੋਈ ਗੱਲ ਆ ਦੱਸ ਦੇ ਅਸੀਂ ਹੈਗੇ ਆ ਯਾਰ ਤੁਹਾਨੂੰ ਕੀ ਦੱਸਾਂ ਨਾਲੇ ਤੁਸੀਂ ਨਸ਼ੇੜੀ ਬੰਦੇ ਤੁਹਾਡੇ ਨਾਲ ਮੇਰੀ ਕੀ ਬੈਠਣੀ ਉੱਠਣੀ ਗੱਲ ਸੁਣ ਲਓ ਮੇਰੀ ਪੇਪਰ ਸੀਗਾ ਮੇਰਾ ਨਹੀਂ ਕਲੀਅਰ ਹੋਇਆ ਓਲਾ ਦੇਖ ਲਾ ਪੇਪਰ ਨਹੀਂ ਕਲੀਅਰ ਹੋਇਆ ਤਾਂ ਹਾਂ ਏਮੂ ਕਰਕੇ ਬਹਿ ਗਿਆ ਹਾਂ ਉਹ ਭਰਾਵਾ ਟੈਟ ਦਾ ਪੇਪਰ ਕਲੀਅਰ ਕਰਿਆ ਪਿਆ ਮੇਰਾ ਜਿਹੜੇ ਕੰਮਾਂ 'ਚ ਤੂੰ ਫਿਰਦਾ ਨਾ ਮੈਂ ਕਰ ਕਰ ਛੱਡ ਤੇ ਇਹ ਕਰ ਕਰਦਾ ਛੱਡ ਤੇ ਪਰ ਮੈਂ ਦੱਸ ਕੀ ਕਰਾਂ ਹਰ ਵਾਰ ਫਾਈਲ ਜੀ ਚੱਕ ਕੇ ਲਾਂਗੇ ਆ ਨਾ ਹਰੇਕ ਵਾਰ ਨੌਗਰੀ ਕਿਸੇ ਹੋਰ ਬੰਦੇ ਨੂੰ ਮਿਲ ਜਾਂਦੀ ਹੈ ਹਰੇਕ ਵਾਰ ਮੈਂ ਦੱਸ ਕੀ ਕਰਾਂ ਹੁਣ ਯਾਰ ਓ ਬਾਈ ਮੇਰੀ ਸੁਣ ਲਾ ਗੱਲ ਇਹ ਗੱਲਾਂ 'ਚ ਕੋਈ ਦਮ ਨਹੀਂ ਹੈਗਾ ਜਿਹੜੀਆਂ ਤੂੰ ਕਰਦਾ ਫਿਰਦਾ ਠੀਕ ਆ ਨਜ਼ਾਰੇ ਲੈ ਜਿੰਦਗੀ ਦੇ ਤੇ ਨਜ਼ਰ ਹੈਗੀ ਆ ਆ ਨੌਕਰੀਆਂ ਨੌਕਰੀਆਂ ਵਾਲਾ ਤਾਂ ਖਿਆਲ ਕੱਢਦੇ ਇਹ ਨਹੀਂ ਮਿਲਦੇਆਂ ਆਪਣੇ ਅਰਕਿਆਂ ਨੂੰ ਉਹ ਬਾਈ ਨਜ਼ਾਰੇ ਲੈਣ ਵਾਸਤੇ ਤਾਂ ਮੈਂ ਦਿੱਤਾ ਸੀ ਐਗਜ਼ਾਮ ਮੈਨੂੰ ਆਇਆ ਸੀ ਕਿ ਨੌਕਰੀ ਲੱਗ ਜੂ ਘਰ ਦੇ ਸੋਕੇ ਹੋ ਜਾਣਗੇ ਮੈਨੂੰ ਕੀ ਪਤਾ ਸੀ ਹਰ ਬਾਰ ਕੋਈ ਸਪਾਰਸੀ ਟੱਟੂ ਆ ਕੇ ਮੇਰੀ ਸੀਟ ਦੱਬ ਕੇ ਬਹਿ ਜਾਊਗਾ ਉਹ ਸੋਚਿਆ ਤਾਂ ਸੀ ਵੀ ਇਹੀ ਸੀ ਮੇਕਰ ਨੌਕਰੀ ਲਾ ਕੇ ਘਰਦਿਆਂ ਨੂੰ ਐਸ਼ ਕਰਾਵਾਂਗੇ ਉਹ ਭਰਾਵਾ ਕਿੱਥੇ ਨੌਕਰੀਆਂ 98% ਨੰਬਰ ਆ ਮੇਰੇ ਤੈਨੂੰ ਲੱਗਦਾ ਨਸ਼ੇੜੀ ਤੂੰ ਮੂੰਹ ਚੱਕ ਕੇ ਕਹਿੰਦਾ ਸੀ ਨਾ ਛੋਟੇ ਨਸ਼ੇੜੀਆਂ ਨੇ ਕੀ ਆ ਆਹੀਂ ਜੀ ਕਰਦਾ ਉਹ ਪੇਟੀ ਚ ਪਏ ਸਰਟੀਫਿਕੇਟਾਂ ਨੂੰ ਅੱਗ ਲਾ ਦਈਏ ਜੀ ਤਾਂ ਮੇਰਾ ਵੀ ਐਂ ਕਰਦਾ ਬਾਈ ਉਹ ਯਾਰ ਤੂੰ ਛੱਡ ਇਹ ਗੱਲਾਂ 'ਚ ਕੋਈ ਹੁਣੀ ਤੂੰ ਐਂ ਕਰ ਚੱਲ ਆ ਜਾ ਪਿਗ ਪੁਗ ਲਾਉਣੇ ਆ ਤੇ ਆ ਤੇਰੀ ਟੈਨਸ਼ਨ ਦੂਰ ਕਰਦੇ ਆ ਨਹੀਂ ਬਾਈ ਮੈਂ ਪੀਂਦਾ ਨਹੀਂ ਕੋਈ ਪੀਂਦੇ ਅਸੀਂ ਕਿਹੜਾ ਜੰਮਦੇ ਪੀਂਦੇ ਸੀ ਅਸੀਂ ਵੀ ਇਹ ਹਾਲਾਤਾਂ 'ਚ ਨੰਕ ਹੀ ਆਏ ਹੋਏ ਆ ਉਹ ਬਾਈ ਮੈਂ ਨਹੀਂ ਪੀਣੀ ਯਾਰ ਕਿਉਂ ਧੱਕਾ ਕਰੀ ਜਾਂਦੇ ਆਵੇਂ ਲੈ ਜਾ ਨਾ ਬਈਆ ਇਹਨੂੰ ਉਹ ਦੱਸ ਨਾ ਅਣਮੋਲ ਇਹਨੂੰ ਯਾਰ ਇਨੇ ਚਿਰ ਚ ਟੈਨਸ਼ਨ ਦੂਰ ਹੋ ਜੂ ਬਾਈ ਇਨੇ ਚਿਰ ਚ ਕਾਲੇ ਬਾਈ ਨੇ ਮੈਨੂੰ ਵੀ ਜ਼ਿੰਦਗੀ ਦੇ ਨਜ਼ਾਰੇ ਦਿਵਾਏ ਆ ਇੱਕ ਵਾਰੀ ਉਹਦੀ ਗੱਲ ਮੰਨ ਕੇ ਵੇਖ ਫਿਰ ਦੱਸੇ ਉਹ ਮੰਨ ਤਾਂ ਸਹੀ ਤੈਨੂੰ ਕੇਰਾ ਲੱਗਦਾ ਤੂੰ ਤਾਂ ਐ ਕਹੇਗਾ ਵੀ ਮੇਰੇ ਸਾਰੇ ਦੁੱਖ ਦੂਰ ਹੋ ਗਏ ਯਾਰ ਆ ਬੰਨੇ ਸੋਡੇ ਮਰੇ ਹੱਥ ਮੈਂ ਦੁੱਖ ਆਪੇ ਦੂਰ ਕਰ ਲੂੰਗਾ ਮੇਰਾ ਖੜਾ ਛੱਡੋ ਲੈ ਦੇਖ ਲੈਣ ਮੋਲ ਉਹ ਤੂੰ ਮੇਰੀ ਗੱਲ ਯਾਦ ਰੱਖੀ ਜੇ ਇਹੀ ਮੂੰਹ ਲੈ ਕੇ ਆਪਣੇ ਕੋਲੇ ਇੱਕ ਦਿਨ ਨਾ ਇੱਥੇ ਬੈਠਾ ਹੋਇਆ ਹੈ ਨਾ ਇਹ ਤੇ ਮੈਨੂੰ ਵੀ ਕਾਲਾ ਕੀ ਨੇ ਕਹਿਣਾ ਆ ਗਈ ਇੰਨੀ ਲੇਟ ਹੋ ਗਈ ਕੀ ਦੱਸਾਂ ਯਾਰ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ ਡੇਢ ਘੰਟਾ ਹੋ ਗਿਆ ਇੱਥੇ ਤੁੰਡ ਵੇਟ ਕਰਦੇ ਨੂੰ ਮੇਰੀ ਤਾਂ ਸੁਣ ਲੈ ਪਹਿਲਾਂ ਯਾਰ ਘਰੇ ਵੀ ਜਾਣਾ ਕੀ ਸੁਣਾ ਮੈਂ ਤੇਰੀ ਆ ਫੋਨ ਦਾ ਨਾ ਰੋਜ਼ ਹੀ ਸਿਆਪਾ ਹੋਇਆ ਰਹਿੰਦਾ ਪਹਿਲੇ ਦੋ ਤਿੰਨ ਵਾਰ ਠੀਕ ਕਰਵਾ ਲਿਆ ਹੁਣ ਆ ਦੁਕਾਨ ਤੇ ਟਾਈਮ ਲੱਗ ਗਿਆ ਸੀਗਾ ਤੇ ਹੁਣ ਪੈਸੇ ਬਾਲੇ ਮੰਗ ਲਏ ਤੇ ਮੈਂ ਤਾਂ ਵਾਪਸ ਹੀ ਚੱਕ ਲਈ ਆ ਫੋਨ ਜਾ ਕਿਉਂ ਕੀ ਹੋ ਗਿਆ ਇਹਨੂੰ ਤੈਨੂੰ ਪਤਾ ਤਾਂ ਰੋਜ਼ ਹੀ ਖਰਾਬ ਹੋਇਆ ਰਹਿੰਦਾ ਕਿੰਨੇ ਪੈਸੇ ਮੰਗ ਲਏ ਉਹਨੇ ਹੁਣ ਤਾਂ 6000 ਮੰਗ ਲਿਆ ਸੀਗਾ ਤੇ ਫੇਰ ਮੈਂ ਆ ਗਿਆ ਹੈ ਹੀ ਨਹੀਂ ਸੀ ਮੇਰੇ ਕੋਲ ਹੁਣ ਰ ਮੰਮੀ ਦੀ ਮੰਗ ਲਈ ਹੁਣ ਜਦੋਂ ਮੇਰੇ ਕੋਲੇ ਹੋਏ ਮੈਂ ਆਪੇ ਦੇ ਦੂੰਗਾ ਨਾ ਨਾ ਮੰਮੀ ਤਾਂ ਨਹੀਂ ਮੰਗਦੀ ਮੈਂ ਮੰਮੀ ਮੈਨੂੰ ਲੜਦੀ ਆ ਉਹ ਆਖੂਗੀ ਰੋਜ਼ ਹੀ ਤਰਾ ਫੋਨ ਦਾ ਸਿਆਪਾ ਹੋਇਆ ਰਹਿੰਦਾ ਹੁਣ ਆਖਦੀ ਨਾ ਤੁਸੀਂ ਮੈਨੂੰ ਫੋਨ ਦੇ ਪੈਸੇ ਦਿਓ ਤੇ ਫਿਰ ਮੈਂ ਉਹਨੂੰ ਫੜਾਇਆ ਆਉਂਗੀ ਯਾਰ ਕਿੱਥੋਂ ਦੇ ਦਾਂ ਮੈਂ ਤੈਨੂੰ ਮੇਰੇ ਕੋਲੇ ਹੋਣ ਵੀ ਤੈਨੂੰ ਪਤਾ ਤਾਂ ਹੈ ਉਹ ਤੇਰਾ 6000 ਫੋਨ ਤੇ ਲੱਗੂਗਾ 6000 ਮੇਰੀ ਭੈਣ ਦੀ ਤਨਖਾਹ ਆਉਂਦੀ ਹੈ ਉਹਦੇ ਵਿੱਚੋਂ ਵੀ ਮੈਂ ਥੋੜੇ ਬਹੁਤੇ ਬਸ ਕਰਾਇਜੋਗੇ ਲੈ ਕੇ ਜਾਣਾ ਹੁੰਦਾ ਆਕਾਸ਼ ਤੂੰ ਆਏਗਾ ਤੂੰ ਕਰ ਦੋ ਨਾ ਮੈਂ ਜਦੋਂ ਕੋਈ ਚੀਜ਼ ਮੰਗਾ ਤੂੰ ਆ ਹੀ ਕਰਦਾ ਹੁੰਦਾ ਵੀ ਮੇ ਓ ਯਾਰ ਮੇਰੀ ਗੱਲ ਤਾਂ ਸਮਝ ਤੂੰ ਜੋਬ ਦੀ ਟਰਾਈ ਕਰੀ ਜਾਨਾ ਅੱਜ ਵੀ ਗਿਆ ਸੀਗਾ ਗੱਲ ਨਹੀਂ ਬਣੀ ਜਦੋਂ ਕਿਤੇ ਜੋਬ ਲੱਗ ਗਿਆ ਤੈਨੂੰ ਦਵਾ ਦਿਆ ਕਰੂੰਗਾ ਜਿਹੜੀ ਚੀਜ਼ੂ ਕਹੇਗੀ ਜੋਬ ਦਾ ਕੀ ਪਤਾ ਰੋਜ਼ ਹੀ ਟਰਾਈ ਕਰਨ ਜਾਣਾ ਲੱਗਦੀ ਅੱਗੇ ਯਾਰ ਹਰ ਵੀ ਤੂੰ ਤਾਂ 1 ਮਿੰਟ ਚ ਕਹਤਾ ਕੋਈ ਬੰਦਿਆਂ ਦੀ ਗੱਲ ਐ ਇਹ ਨਾ ਤੂੰ ਆਏ ਪਹੁੰਦੀਆਂ ਵੀ ਕਿਵੇਂ ਆ ਕੀ ਗੱਲ ਹੋ ਗਈ ਕਾ ਤੋ ਨਹੀਂ ਤੇਰੀ ਜੋਬ ਲੱਗੀ ਤੈਨੂੰ ਤਾਂ ਐ ਹੋ ਗਿਆ ਬਸ ਆ ਕੇ ਮੈਨੂੰ ਪੈਸੇ ਨਹੀਂ ਦਿੱਤੇ ਤਾਂ ਬਗਵਾ ਗੱਲਾਂ ਸੁਣਾਉਣ ਲੱਗ ਜਾ ਪਤਾ ਮੇਰੀ ਕਿੰਨੀ ਮਿਹਨਤ ਲੱਗੀ ਐ ਪੜ੍ਹਾਈ ਕਰਨ ਤੇ ਤੂੰ ਕਹਿੰਦੀ ਐ ਲੱਗਦੀ ਨਹੀਂ ਜੋਬ ਨਾਲ ਨਹੀਂ ਲੱਗਦੀ ਨਾ ਅੱਗੇ ਕਦੇ ਮੈਂ ਚੀਜ਼ ਮੰਗੀ ਤੇਰੇ ਤੋਂ ਉਹ ਤਾਂ ਅੱਜ ਫੋਨ ਜਾ ਖਰਾਬ ਹੋ ਗਿਆ ਤਾਂ ਮੰਗ ਲੈ ਵੀ ਮੰਮੀ ਲੜੂਗੀ ਨਾਲ ਮੈਂ ਗੱਲ ਕਿਸ ਨਾਲ ਕਰਨੀ ਨੇ ਤੇਰੇ ਨਾਲ ਹੀ ਕਰਨੀ ਹੁੰਦੀ ਆ ਤਾਂ ਹੀ ਕਿ ਐਨੇ ਮੈਨੂੰ ਕਿ ਲੋੜਾ ਫੋਨ ਠੀਕ ਕਰਵਾਣ ਦੀ ਓਏ ਯਾਰ ਗੱਲ ਤਾਂ ਮੇਰੇ ਨਾਲ ਕਰਨੀ ਹੁੰਦੀ ਆ ਪਰ ਹੁਣ ਗੱਲ ਵੀ ਸਮਝ ਮੇਰੇ ਕੋਲ ਵੀ ਕਿੱਥੇ ਆ ਪੈਸੇ ਤੈਨੂੰ ਪਤਾ ਤਾਂ ਹੈ ਸਾਰਾ ਕੁਝ ਯਾਰ ਜਦੋਂ ਮੈਂ ਕਹੀ ਜਾਂਦਾ ਜਦੋਂ ਜੋਬ ਲੱਗ ਗਈ ਮੈਂ ਦਵਾ ਦੂੰਗਾ ਉਦੋਂ ਪਹਿਲਾਂ ਹੈ ਨਹੀਂ ਮੇਰੇ ਕੋਲ ਯਾਰ ਚੱਲ ਚੰਗਾ ਯਾਰ ਮੇਰਾ ਤਾਂ ਮੂਡ ਆਫ ਕਰ ਤਾਂ ਮੈਨੂੰ ਤਾਂ ਜਾਣੀ ਆ ਓਹੋ ਮੈਨੂੰ ਤਾਂ ਫਿਕਰ ਲੱਗਿਆ ਪਿਆ ਨਾ ਤਾਂ ਮਨਿੰਦਰ ਆਈ ਐ ਨਾ ਆਕਾਸ਼ ਆਇਆ ਹਜੇ ਟਾਈਮ ਵੀ ਮੈਂ ਤਲਾ ਤੜਕੇ ਮੁਕਮਲੀ ਜੀ ਨੇ ਫੇਰ ਬੱਸ ਨਗਾ ਲਈ ਦੇਂਦੀ ਨਹੀਂ ਟਾਈਮ ਟੂ ਮੇ ਵੀ ਤੁਸ ਦੇ ਰਹੀਆਂ ਦੀ ਜਿੱਧਰ ਨੂੰ ਹੁੰਦਾ ਜਦੋਂ ਚੰਗਾ ਭਲਾ ਪਤਾ ਵੀ 2 ਮਿੰਟ ਪਹਿਲਾਂ ਜਾਵਾਂ ਫੇਰ ਬੱਸ ਮੇ ਨੂੰ ਪਿੰਡ ਵਾਲੀ ਮੈਨੂੰ ਨਹੀਂ ਲੱਗਦਾ ਅੱਜ ਟਾਈਮ ਸਿਰ ਆ ਜਾਣਗੇ ਦੋਨੇ ਉਧਰ ਓਕਾਸ਼ ਦਾ ਪਤਾ ਨਹੀਂ ਕੀ ਬਣੂਗਾ ਕੀ ਹੋਇਆ ਕੀ ਕੱਲੀ ਬੋਲੀ ਜਾਨੀ ਆ ਨਹੀਂ ਕੀ ਬੋਲੀ ਜਾਨੀ ਆ ਛੋੜਾ ਹੀ ਫਿਕਰ ਮੈਂ ਤਾਂ ਵੜਵਾੜ ਖਾਈ ਜਾਂਦਾ ਤੂੰ ਵੀ ਲੇਟ ਹੋ ਗਈ ਅੱਜ ਕੀ ਗੱਲ ਉਹ ਮੰਮੀ ਪਿੰਡ ਵਾਲੇ ਬੱਸ ਲੰਘ ਗਈ ਤਾਂ ਵੱਡੇ ਬਦੂਜੇ ਬੱਸ ਤੇ ਆਏ ਆ ਉਹ ਤੁਰ ਕੇ ਆਈਆਂ ਹੁਣ ਰੋਡ ਤੋਂ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਕੁੜਗੇ ਵੀ 2 ਮਿੰਟ ਪਹਿਲਾਂ ਤੁਰ ਪਿਆ ਕਰ ਫੇਰ ਕੀ ਹੁੰਦਾ ਜੇ ਪਹਿਲਾਂ ਤੁਰ ਪੈਗੀ ਤੂੰ 2 ਮਿੰਟ ਹੁਣ ਉੱਥੋਂ ਦਾ ਅੱਧਾ ਘੰਟਾ ਤੂੰ ਤੁਰ ਕੇ ਆ ਗਈ ਤੇ ਸਕੂਲ ਚੋਂ ਤੂੰ 2 ਮਿੰਟ ਪਹਿਲਾਂ ਤੁਰਦੀ ਨਹੀਂ ਉਹ ਮੰਮੀ ਉਹ ਫਿਰ ਨਾ ਮੁੜ ਕੇ ਜਵਾ ਕੰਮ ਪੁੱਛਣ ਲੱਗ ਜਾਂਦੇ ਖੜਾ ਕੇ ਤਾਂ ਕਰਕੇ ਟਾਈਮ ਲੱਗ ਜਾਂਦਾ ਨਹੀਂ ਤੈਨੂੰ ਕੁੜਗੇ ਉਹੀ ਟਾਈਮ ਦੀ ਕਦਰ ਹੈ ਨਹੀਂ ਬੈਂਦੀ ਨਹੀਂ ਆਹ ਫੋਨ ਕਾਦੇ ਵਾਸਤੇ ਆ ਤੇਰੇ ਪਰਸਾ ਚ ਟਾਈਮ ਦੇਖ ਲਿਆ ਕਰ ਚਲ ਕੋਈ ਨ ਮਮੀ ਤੂੰ ਤਾਂ ਪੌਣ ਸਾਰ ਲੱਗ ਜੰਨੀ ਆ ਐਂ ਤਾਂ ਦੇਖ ਲੈ ਕਰ ਥੱਕੀ ਆਈ ਆ ਤੈਨੂੰ ਪਤਾ ਸਕੂਲ ਚ ਨਾ ਦਿਮਾਗ ਖਾ ਜਾਂਦੇ ਆ ਜਵਾਕ ਜੇ ਆ ਜੰਮੇ ਲੋਕਾਂ ਨੇ ਆ ਪਾਲਨੇ ਸਾਨੂੰ ਪੈਂਦੇ ਆ ਨਾ ਮੈਡਮ ਵੀ ਤੂੰ ਹੀ ਕਹਾਉਣੀ ਐ ਜੇ ਮੈਡਮ ਬਣੀ ਐ ਤਾਂ ਜਵਾਕਾਂ ਦਾ ਮੱਥਾ ਮਾਰਨਾ ਹੀ ਪਊ ਨਾਲੇ ਮੈਨੂੰ ਐਂ ਦੱਸ ਕੋਈ ਤਨਖਾਹ ਵਧਾਉਣਗੇ ਕਿ ਨਹੀਂ ਵਧਾਉਣਗੇ ਮਾੜੀ ਮੋਟੀ ਕਿੱਥੇ ਵਧਾਉਂਦੇ ਮਮੀ ਤਨਖਾ ਉਹੀ 6000 ਮੈਂ ਤਾਂ ਮਹੀਨਾ ਹੋ ਗਿਆ ਕਹਿੰਦੀ ਨੂੰ ਬਸ ਉਹੀ ਲਾਰੇ ਜੇ ਲਾਈ ਜਾਂਦੇ ਆ ਚੱਲ ਕੋਈ ਨਹੀਂ 6000 ਵੀ ਬਥੇਰੇ ਆਏ ਮੇ ਨਾਲੋਂ ਜੇ ਘਰੇ ਬੈਠੀ ਟਾਈਮ ਕੱਢਦੇ ਫਿਰ ਵੀ ਦਿਨ ਨਿਕਲੀ ਜਾਵੇ ਨਲੇ ਆਏ ਆ ਜਿਲਾੜੀ ਦਾ ਕੰਮ ਬਣ ਗਿਆ ਫਿਰ ਛੋਡੀ ਦੋਨਾਂ ਭੈਣ ਭਰਾਵਾਂ ਦੀ ਤਨਖਾਹ ਹੋਣ ਲੱਗ ਜੂ ਚੱਲ ਫਿਰ ਤਾਂ ਰੰਗ ਲੱਗ ਜੂ ਫਿਰ ਤਾਂ ਆਪਣਾ ਵਧੀਆ ਸੱਜਿਆ ਕਰੂ ਸੱਚਾ ਆਕਾਸ਼ ਆਇਆ ਨਹੀਂ ਅਜੇ ਤੱਕ ਆਇਆ ਨਹੀਂ ਹਜੇ ਮੈਨੂੰ ਤਾਂ ਫਿਕਰ ਲੱਗੀ ਪਈ ਐ ਤੂੰ ਫੋਨ ਫਾਨ ਕਰਕੇ ਪੁੱਛ ਲੈ ਚੱਲ ਮੈਂ ਫੋਨ ਕਰਕੇ ਪੁੱਛਦੀ ਹਾਂ ਉਹਨੂੰ ਨਾ ਮੈਂ ਨਾ ਨੂੰ ਲਵਾ ਹੋਰ ਨਾਲੇ ਰੋਟੀ ਰੁੱਟੀ ਖਾ ਲ ਬਣੀ ਪਈ ਐ ਚੰਗਾ ਚਾਹ ਬਣੀ ਪਈ ਆ ਠਾ ਪੀ ਲੈ ਜੇ ਕੰਮ ਬਣ ਜੇ ਜਵਾਕ ਦਾ ਰੰਗ ਲੱਗ ਜ ਬੇਬੇ ਬੇਬੇ ਪਾਣੀ ਲਿਆ ਦੇ ਆ ਗਈ ਪੁੱਤ ਆ ਗਿਆ ਕਾਛ ਆ ਗਿਆ ਕਿਉਂ ਕੀ ਗੱਲ ਪੁੱਤ ਹਾਂਜੀ ਕਾ ਤੂੰ ਮੂੰਹ ਕਰਿਆਗਾ ਕੀ ਗੱਲ ਪਤਾ ਤਾਂ ਹੈ ਤੈਨੂੰ ਬੇਬੇ ਬਸ ਉਹੀ ਕੁਛ ਅੱਗੇ ਵਾਲਾ ਉਹੀ ਹਰ ਬਾਰ ਦੀ ਤਰ੍ਹਾਂ ਸਰਕਾਰਾਂ ਬਸ ਜਿਹੜੇ ਸ਼ਿਫਾਰਸ਼ੀ ਬੰਦੇ ਹੁੰਦੇ ਆ ਉਹਨਾਂ ਨੂੰ ਰੱਖੀ ਜਾਂਦੀਆਂ ਤੇ ਮੇਰੇ ਵਰਗਿਆਂ ਨੂੰ ਜਿਹਨੇ ਪੜ੍ਹ ਲਿਖ ਕੇ ਬਸ ਮਿਹਨਤ ਕੀਤੀ ਹੁੰਦੀ ਆ ਉਹਨਾਂ ਨੂੰ ਧੱਕੇ ਤਾਂ ਹੀ ਤਾਂ ਆਪਾਂ ਬਹੁਤ ਗਰੀਬ ਰਹਿ ਜਾਂਦੇ ਆ ਜਦੋਂ ਆਪਾਂ ਨੂੰ ਨੌਕਰੀ ਨਹੀਂ ਮਿਲਦੀ ਕੋਈ ਕੰਮ ਨਹੀਂ ਮਿਲਦਾ ਆਪਾਂ ਨੂੰ ਕੰਮ ਦੀ ਜ਼ਰੂਰਤ ਹੈ ਤੇ ਆਪਾਂ ਨੂੰ ਕੰਮ ਨਹੀਂ ਮਿਲਦਾ ਜਿਹੜੇ ਤਕੜੇ ਆ ਉਹ ਦੇ ਦੇ ਪੈਸੇ ਨੌਕਰੀਆਂ ਤੇ ਲੱਗ ਜਾਂਦੇ ਆ ਹੋਰ ਆਪਾਂ ਅੱਗੇ ਕਿਉਂ ਨਹੀਂ ਵਾਦੇ ਤਾਂ ਹੀ ਨਹੀਂ ਵਾਦੇ ਚੱਲ ਕੋਈ ਨਾ ਪੁੱਤ ਜਿਹੜਾ ਕੁਝ ਕਿਸਮਤ ਚ ਲਿਖਿਆ ਉਹੀ ਹੋਊ ਪਰ ਆਇਆ ਜਿੱਦਾਂ ਪਿਓ ਜਿਹਾ ਆਉਂਦਾ ਹੁੰਦਾ ਤਾਂ ਚੱਲ ਜਿਵੇਂ ਮਰਜੀ ਸਾਨੂੰ ਪੜਾਉਂਦਾ ਲਿਖਾਉਂਦਾ ਕੁਝ ਕਰਦਾ ਹੈ ਹੁਣ ਜ਼ਿੰਮੇਵਾਰੀ ਸੋੜੇ ਦੋਨੇ ਭੈਣ ਭਰਾ ਮਤੇ ਪੈਗੀ ਮੈਂ ਵੀ ਕੀ ਕਰਾਂ ਉਹ ਜਵਾਖੜੀਏ ਵੇਖ ਲਾ 6000 ਤੇ ਉਹ ਤੱਕੇ ਖਾਂਦੀ ਫਿਰਦੀ ਐ ਕਿੱਧਰ ਨੂੰ ਜਾ ਕੇ ਹੁਣ ਸੱਚੀ ਔਖੇ ਹੋਏ ਪਏ ਆ ਮੈਂ ਕੀ ਕਰਾਂ ਬੇਬੇ ਹੁਣ ਮੈਂ ਤਾਂ ਆਪਦਾ ਜ਼ੋਰ ਲਾ ਸਕਦਾ ਸੀ ਪੜਨ ਤੇ ਲਾਤਾ 90% ਨੰਬਰ ਚੱਕੀ ਫਿਰਦਾ ਉਹ 70 70% ਆਲ ਨੌਕਰੀ ਮਿਲ ਜਾਂਦੀ ਐ ਕਾਦੇ ਸਿਰ ਤੇ ਬਸ ਇੱਕ ਸਪਾਰਸ ਸਿਰ ਤੇ ਉਹੀ ਗੱਲ ਐ ਨਾ ਪੁੱਤੋ ਵੀ ਆਪਣੀ ਕੋਈ ਨਹੀਂ ਸੁਣਦਾ ਗੰਦੀਆਂ ਸਰਕਾਰਾਂ ਨੇ ਕਦਰ ਨਹੀਂ ਕਰਦੀਆਂ ਪੜ੍ਹਾਈ ਦੀ ਹੁਣ ਦੱਸ ਆਪਾਂ ਕੀ ਕਰਗੇ ਪੜ੍ਹਾਈ ਆ ਆਪਣੇ ਸਾਰੇ ਸੀ ਉਹ ਆਪਾਂ ਕਰ ਲਈ ਹੁਣ ਚੱਕ ਕੇ ਫਾਈਲਾਂ ਫਿਰਨ ਜੋਗ ਨਹੀਂ ਆ ਮਗਰ ਉਹਨਾਂ ਲਈ ਜਦੋਂ ਆਪਣੇ ਕੋਲੇ ਰਜਗਾਰ ਹੈ ਨਹੀਂ ਕੋਈ ਕੀ ਕਰੀਏ ਫਿਰ ਹੁਣ ਦੱਸ ਵੀ ਮੈਨੂੰ ਕਰਾਂ ਤਾਂ ਕਰਾਂ ਕੀ ਕਿੰਨੀਆਂ ਇੰਟਰਵਿਊਆਂ ਦੇਖ ਲਈਆਂ ਹਰੇਕ ਥਾਂ ਤੇ ਇਹੀ ਕੁਝ ਹਰ ਵਾਰ ਇਹੀ ਹੌਸਲਾ ਕਰਕੇ ਜਾਣਾ ਵੀ ਨਹੀਂ ਯਾਰ ਐਤ ਕੀ ਤਾਂ ਬੰਦੇ ਚੰਗੇ ਮਿਲਣਗੇ ਐਤ ਕੀ ਤਾਂ ਬੰਦੇ ਚੰਗੇ ਮਿਲਣਗੇ ਪਰ ਨਹੀਂ ਜਦੋਂ ਕੋਈ ਹੁਣ ਹਾਲੇ ਨਹੀਂ ਹੁੰਦਾ ਨਹੀਂ ਪੁੱਤ ਇਹਨਾਂ ਦੀਆਂ ਗੱਲਾਂ ਬਾਤਾਂ ਇੱਕੋ ਹੀ ਹੁੰਦੀਆਂ ਸਾਬ ਦੀਆਂ ਕੋਈ ਚੰਗਾ ਨਹੀਂ ਹੁੰਦਾ ਜਿੰਨੇ ਪੜਾ ਲਿਖਿਆ ਉਹਨਾਂ ਭੁੱਖਾ ਉਹਨਾਂ ਭੁੱਖਪਣਾ ਦਿਖਾਉਂਦੇ ਆ ਇਹ ਜਿਹਨੂੰ ਲੋੜ ਐ ਉਹਨੂੰ ਦਿੰਦੇ ਨਹੀਂ ਜਿਹਨੂੰ ਲੋੜ ਨਹੀਂ ਉਹਦੀਆਂ ਜੇਬਾਂ ਭਰੀ ਜਾਂਦੇ ਆ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਆਪਣਾ ਕਿਹੜਾ ਰੱਬ ਵੇਚਿਆ ਕੋਈ ਹੋਰ ਕੰਮ ਕਰ ਲਾਂਗੇ ਫਿਰ ਕੰਮ ਤਾਂ ਕਰਨਾ ਹੀ ਪਊ ਪੁੱਤ ਹੋਰ ਕੀ ਕੰਮ ਕਰਾਂਗੇ ਮਾਂ ਜ਼ਮੀਨ ਤਾਂ ਹੈ ਨਹੀਂ ਆਪਣੇ ਕੋਲੇ ਜ਼ਮੀਨ ਹੁੰਦੀ ਤਾਂ ਐਸੀ ਮੈਂ ਖੇਤੀ ਕਰ ਲੈਂਦਾ ਨਾ ਆਪਾਂ ਠੇਕ ਟੁਕੇ ਲੈਣ ਜੋਗੇ ਇੰਨੇ ਪੈਸੇ ਵੀ ਹੈ ਨਹੀਂਗੇ ਬਸ ਮੈਂ ਤਾਂ ਹੁਣ ਐ ਸੋਚਿਆ ਕਿ ਭੈਣਾਂ ਨੂੰ ਮੈਂ ਵੀ ਕਿਤੇ ਪ੍ਰਾਈਵੇਟ ਲੱਗ ਜਾ। ਫਿਰ ਲੱਗਣਾ ਹੀ ਪਊ ਪੁੱਤ। ਖੇਤੀ ਦਾ ਨਾਲੇ ਤਾਂ ਇੱਥੇ ਕਿੱਥੇ ਹੁੰਦੀ ਆ ਕਾਸ਼। ਤੂੰ ਹੁਣ ਪੜ੍ਹਿਆ ਲਿਖਿਆ ਤੂੰ ਕਦੇ ਖੇਤ ਜਾ ਕੇ ਤਾਂ ਖੜਾ ਨਹੀਂ। ਤੂੰ ਕਿੱਥੋਂ ਕਹੀ ਚਲਾ ਲੇਗਾ। ਮਨਿੰਦਰ ਨੂੰ ਕੋਈ ਪ੍ਰਾਈਵੇਟ ਨੌਕਰੀ ਲੱਭ ਲਾ ਤੇ ਭਾਈ ਆਪਦਾ ਟਾਈਮ ਪਾਸ ਕਰੀ ਜਾਈ ਹੁਣ। ਦੇਖੀ ਜਾਊ ਫਿਰ ਆਕੇ ਮਰਦਿਆਂ ਨੂੰ ਅੱਖ ਚੱਬਣਾ ਪਊ ਤੇ ਹੁਣ ਜਿਹੜਾ 5-7000 ਘਰੇ ਆਊ। ਨਾਲਾਂਗੇ ਫਿਰ ਖਰਚ ਕਰ ਲਾਂਗੇ ਹੋਰ ਕੀ ਐ। ਐਵੇਂ ਨਾਲੋਂ ਤਾਂ ਚੰਗੇ ਹੀ ਆ। ਮਾਂ ਮੈਂ 90% ਨੰਬਰ ਪ੍ਰਾਈਵੇਟ ਲੱਗਣ ਤੇ ਲਈ ਸੀ। ਫਿਰ ਪੁੱਤ ਹੁਣ ਜੇ ਸਰਕਾਰੀ ਨੌਕਰੀ ਮਿਲਦੀ ਨਹੀਂ ਫਿਰ ਆਪਣੇ ਕੀ ਸਾਰੇ ਦੀ ਗੱਲ ਬਥੇਰੀ ਭਕਾਈ ਕਰ ਲਈ ਤੂੰ ਤੇਰਾ ਰੋਜ਼ ਦਾ ਕੰਮ ਆ ਚੱਕ ਕੇ ਫੈਲ ਜਾਣ ਦਾ ਹੁਣ ਕਿੱਧਰ ਨੂੰ ਜਾਏਗੇ ਫਿਰ ਆਪਾਂ ਮੈਨੂੰ ਐਂ ਦੱਸ ਜਿਵੇਂ ਲੋਟ ਆਉਂਦਾ ਜਿੰਨਾ ਕਿ ਮਿਲਦਾ ਉਹਨਾਂ ਕੰਮ ਕਰ ਲੈ ਚੱਲ ਕੋਈ ਨਾ ਦੇਖਦਾ ਮੈਂ ਜੇ ਤੇਰੇ ਕਰਮਾਂ ਚ ਹੋਇਆ ਕੋਈ ਨਹੀਂ ਤੈਨੂੰ ਮਿਲ ਜੂਗਾ ਤੂੰ ਐਂ ਫਿਕਰ ਨਾ ਕਰ ਚੱਲ ਕੋਈ ਨਹੀਂ ਮੈਂ ਇਹਨੂੰ ਲਾ ਬਦਲ ਲੈ ਕੱਪੜੇ ਦੇਖੀ ਜਾਊ ਜੇ ਕਿਸਮਤ ਚ ਹੋਇਆ ਮਿਲੂਗਾ ਫਿਰ ਦਲਤਾ ਨਹੀਂ ਕਰਦਾ ਕਿ ਮੈਂ ਸਰਕਾਰੀ ਨੌਕਰੀ ਨੂੰ ਛੱਡ ਕੇ ਪ੍ਰਾਈਵੇਟ ਨੌਕਰੀ ਵੱਲ ਜਾਵਾਂ ਪਰ ਮੈਨੂੰ ਲੱਗਦਾ ਹਾਲਾਤ ਲੈ ਜਾਣਗੇ ਮਨਿੰਦਰ ਪੁੱਤ ਮੈਨੂੰ ਸਬਜ਼ੀ ਫੜਾ ਕੇ ਕੱਟ ਦੇਵੇਂ ਪਰੌਣੀਏ ਮੰਮੀ ਹੋਰ ਅੰਦਰ ਹੀ ਪਤਾ ਨਹੀਂ ਕੀ ਕਰੀ ਜਾਨੀ ਐ ਕੀ ਕਰੀ ਜਾਨੀ ਐ ਕੁੜੇ ਬੰਤੋ ਕੁੜੇ ਕੀ ਕਰਨਾ ਸੀ ਭੈਣੇ ਬਸ ਆਮ ਕੁੜੀ ਨੂੰ ਬਾਜਾ ਮਾਰੀਆ ਮੈਂ ਸਬਜ਼ੀ ਫੜਾ ਦੇ ਕੱਟ ਦੇ ਹੋਰ ਠੀਕ ਹੈ ਹਾਂ ਕਿਵੇਂ ਬੈਠੀ ਹੋ ਦਾਸੀ ਜੀ ਨਹੀਂ ਭੈਣੇ ਕਾਹਦੇ ਹਾਂ ਦਾਸੀਆਂ ਤੇ ਕਾਹਦੇ ਉਹ ਗੱਲ ਤੈਨੂੰ ਪਤਾ ਹੀ ਐ ਸਾਡੇ ਘਰ ਦਾ ਤਾਂ ਕੋਈ ਨਾ ਨਹੀਂ ਪਤਾ ਆਏ ਨਾ ਸਾਰਾ ਦਿਨ ਕਰਿਆ ਕਰ ਬੰਤੋ ਸਾਰਾ ਦਿਨ ਆਏ ਕਰਕੇ ਫਿਰ ਕੀ ਉਹ ਜੋ ਕੋਈ ਦੇਜੂ ਖਾਣ ਨੂੰ ਖਾਣਾ ਕਮਾਉਣਾ ਤਾਂ ਆਪ ਨਹੀਂ ਐ ਇਹ ਪੜਨੇ ਚਿੱਤ ਖਰਾਬ ਹੋ ਜਾਂਦਾ ਜਦੋਂ ਜਵਾਕ ਤੜਕੇ ਫੈਲ ਚੱਕ ਕੇ ਤਾਂ ਐਡੇ ਹੌਸਲੇ ਨਾ ਜਾਂਦਾ ਵੀ ਮੈਨੂੰ ਕੋਈ ਕੰਮ ਮਿਲ ਜੂ ਤੇ ਆ ਕੇ ਚਲਾ ਕੇ ਮਾਰਦਾ ਉਦੋਂ ਆਪ ਦਾ ਦਿਲ ਫੜਿਆ ਜਾਂਦਾ ਨਹੀਂ ਮੇਰੀ ਗੱਲ ਇੰਨੀ ਪੜਾਈ ਕੀਤੀ ਐ ਪੜਨੇ ਸਾਰੀ ਖੂਚ ਐ ਲੈ ਹੁਣ ਨੌਕਰੀ ਨੂੰ ਤਰਸਦਾ ਫਿਰਦਾ ਜਵਾਕ ਤੇ ਲੈ ਨੌਕਰੀ ਨਹੀਂ ਮਿਲਦੀ ਕੀ ਕਰਾਂਗੇ ਪੜਾ ਕੇ ਨੀ ਭੈਣੇ ਆਪਣੇ ਕਰਮਾਂ 'ਚ ਕਿੱਥੇ ਨੌਕਰੀ ਨੌਕਰੀ ਤਾਂ ਤਕੜਿਆਂ ਨੂੰ ਮਿਲਦੀ ਐ ਕਹਿੰਦੇ ਹੁੰਦੇ ਆ ਰੱਬ ਭਰੇ ਨੂੰ ਭਰਦਾ ਗਰੀਬਾਂ ਦੀ ਕਾਹਦੀ ਜੂਨ ਐ ਕੋਈ ਜੂਨ ਨਹੀਂ ਭੈਣੇ ਗੱਲ ਤਾਂ ਸਹੀ ਐ ਭੈਣੇ ਹੁੰਦੀ ਤਾਂ ਐਵੇਂ ਹੀ ਆਪਣੇ ਨਾਲ ਪਰ ਆਪਣਾ ਕੋਈ ਚਾਰਾ ਨਹੀਂ ਚੱਲਦਾ ਸਾਡਾ ਕੁੜੀ ਤਾਂ ਜਾਂਦੀ ਐ ਨੌਕਰੀ ਕੋਈ ਵੀ ਘਰੇ ਹਟ ਗਈ ਨਾ ਭੈਣੇ ਉਹ ਤਾਂ ਜਾਂਦੀ ਐ ਉਹ ਤਾਂ ਜਾਂਦੀ ਐ ਵਿਚਾਰੀ ਉਹਦੇ ਜਾਏ ਨਾਲ ਤਾਂ ਸਾਡਾ ਢਿੱਡ ਭਰਦਾ ਹੋਰ ਵਧੀਆ ਐ ਭੈਣੇ ਚਲ ਉਹ ਤਾਂ ਲਿਆਉਂਦੀ ਆ ਚਾਰ ਛੱਲਣ ਚੱਲ ਕੋਈ ਨਾ ਐਵੇਂ ਨਾ ਉਹ ਰੱਬ ਉਹ ਮੁੰਡੇ ਦੀ ਵੀ ਸੁਣੂਗਾ ਕੀ ਸੁਣੂਗਾ ਭੈਣੇ ਤੇਰਾ ਤਾਂ ਦਿਲ ਡਿੱਗ ਗਿਆ ਪੁੱਤ ਤਾਂ ਠੀਕ ਹੈ ਹਾਂ ਹਾਂ ਠੀਕ ਹੈ ਮਸੀ ਤੁਸੀਂ ਤਾਂ ਸੋ ਠੀਕ ਹੋ ਠੀਕ ਹੈ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ ਤੇਰਾ ਸਕੂਲ ਦਾ ਹਾਂ ਹਾਂ ਵਧੀਆ ਚੱਲੀ ਜਾਂਦਾ ਮਸੀ ਚੱਲ ਪੁੱਤ ਵਧੀਆ ਲੱਗੀਆਂ ਨੌਕਰੀ ਚਲ ਮੈਂ ਤੁਹਾਡੇ ਅਸਤੇ ਚਾਹ ਬਣਾ ਕੇ ਲਿਓਣੀ ਆ ਨਹੀਂ ਪੁੱਤ ਚਾਹ ਤਾਂ ਮੈਂ ਹੁਣੇ ਪੀ ਕੇ ਆਈਆਂ ਐਨੀ ਖੇਚੜਾ ਨਾ ਕਰ ਤੂੰ ਚਾਹ ਤਾਂ ਮੈਂ ਬਣਾ ਕੇ ਲਿਓਣੀ ਆ ਪੀ ਨਹੀਂ ਪਊਗੀ ਹੁਣ ਆਏ ਆ ਭੈਣੇ ਜੇ ਤਾਂ ਜ਼ਮੀਨ ਹੋਵੇ ਤਾਂ ਜਵਾਕ ਬਾਹੀ ਕਰ ਲਈ ਹੁਣ ਐਨੀ ਪੜ੍ਹਾਈ ਕੀਤੀ ਐ ਹੁਣ ਪ੍ਰਾਈਵੇਟ ਵੀ 5-7000 ਤੇ ਕਿਵੇਂ ਲੱਗੇ ਜਵਾਕ ਨਹੀਂ ਉਹੀ ਤਾਂ ਗੱਲ ਐ ਭੈਣੇ ਆਈਂ ਤਾਂ ਜਵਾਕ ਹੋਰ ਕਿਉਂ ਆਪਣੀ ਬਰਬਾਦੀ ਹੁੰਦੀ ਐ ਛੋਟੇ ਜ਼ਿੰਮੇਦਾਰਾਂ ਦੀ ਆਈ ਹੁੰਦੀ ਐ ਆਈਂ ਜਵਾਕ ਨਸ਼ੇ ਪੱਤਿਆਂ ਤੇ ਲੱਗ ਜਾਂਦੇ ਐ ਜਦੋਂ ਐਨਾ ਨਾ ਪੜ੍ਹ ਲਿਖ ਕੇ ਉਹ ਕਰਦੇ ਐ ਨੌਕਰੀਆਂ ਮਿਲਦੀਆਂ ਨਹੀਂ ਜਵਾਕ ਦੁਖੀ ਹੋ ਜਾਂਦੇ ਨੇ ਉਹੀ ਤਾਂ ਗੱਲ ਐ ਜੇ ਘਰ ਹੋਵੇ ਤਾਂ ਹੀ ਐ ਨਹੀਂ ਤਾਂ ਜਵਾਕਾਂ ਦੀ ਜੂਨ ਨਹੀਂ ਜਿਵੇਂ ਆਪ ਠੱਕੇ ਖਾਦੇ ਐ ਓਵੇਂ ਮਗਰ ਜਵਾਕ ਖਾਂਦੇ ਐ ਨਹੀਂ ਉਹੀ ਤਾਂ ਗੱਲ ਐ ਇਹਨਾਂ ਦਾ ਪਿਓ ਤਾਂ ਬਥੇਰੇ ਹੀ ਸਿਆਣਾ ਸੀ ਉਹ ਤਾਂ ਬਥੇਰੇ ਹੀ ਕਹਿੰਦਾ ਸੀ ਕੋਈ ਨਾ ਜੇ ਚਾਰ ਪੀਏ ਲੱਗ ਜਾਣ ਤਾਂ ਵੀ ਮੈਂ ਲਾ ਦੂੰ ਮੇਰੇ ਪੁੱਤ ਨੂੰ ਨੌਕਰੀ ਲਾਉਂਗਾ ਮੈਂ ਉਹਦਿਆਂ ਤਾਂ ਦਿਲਚੇ ਦਿਲਚੇ ਹੀ ਰਹਿ ਗਈਆਂ ਆਈ ਤੋਂ ਤੇ ਕਰਪੜਾ ਆ ਗਿਆ ਢਡਪੇਟ ਬਨ ਕੇ ਕਰ ਕਰ ਦਿਹਾੜੀਆਂ ਇਥੋਂ ਤੱਕ ਜਮੀਨਾਂ ਹਿੱਸੇ ਠੇਕੇ ਤੇ ਬਾਹ ਵੀਜ ਕੇ ਉਹੀ ਤਾਂ ਚੱਲ ਪੜਾ ਆ ਗਿਆ ਇਹਨਾਂ ਨੂੰ ਹੁਣਾਂ ਨੌਕਰੀ ਨਹੀਂ ਮਿਲਦੀ ਹੁਣ ਇਹ ਤਾਂ ਕਿਸੇ ਦੇ ਸਾਰੇ ਨਹੀਂ ਨਹੀਂ ਚੱਲ ਕੋਈ ਨਾ ਉਹੀ ਗੱਲ ਜਦੋਂ ਰੱਬ ਨੇ ਸੁਣੀ ਨਾ ਉਹਦੀ ਸੁਣ ਲੂਗਾ ਆਏ ਨਾ ਤੂੰ ਸਾਰਾ ਦਿਨ ਮਨ ਦਿਲ ਸੱਟਿਆ ਕਰ ਕੋਈ ਆਸ ਨਹੀਂ ਹੁਣ ਤਾਂ ਨਾ ਹੁਣ ਸੁੱਖ ਨਾਲ ਕੁੜੀ ਵੀ ਵਿਆਉਣ ਵਾਲੀ ਹੋਗੀ ਮੈਂ ਤਾਂ ਐਂ ਕਹਿੰਦੀ ਸੀ ਵੀ ਚੱਲ ਕੁੜੀ ਦਾ ਕਿਤੇ ਕਰ ਦੇ ਐਂ ਨਹੀਂ ਤੈਨੂੰ ਫਿਕਰ ਰਹਿੰਦਾ ਚਲ ਜੇ ਅਗਲਿਆਂ ਨੇ ਪੜਾਉਣੀ ਹੋਈ ਲਿਖਾਉਣੀ ਹੋਈ ਗਾਹਾਂ ਵਾਲਾ ਘਰ ਵੀ ਕੋਈ ਉਹ ਕਰ ਦੰਦਾ ਹੁੰਦਾ ਮਿਲ ਜਾਂਦਾ ਹੁੰਦਾ ਇਹ ਜਾ ਨਹੀਂ ਭਣੇ ਜੀ ਤਾਂ ਬਥੇਰਾ ਕਰਦਾ ਹੁਣ ਖਰਾ ਕੀ 2 ਰੁਪਏ ਦਾ ਕੋਲੇ ਹੈ ਨਹੀਂ ਲਾਉਂਗੀ ਮੈਂ ਜਵਾਖੜੀ ਤੇ ਖਾਦੀਆ ਤਾਂ ਤੋਰੀ ਵੀ ਨਹੀਂ ਜਾਂਦੀ ਨਹੀਂ ਕੁਛ ਨਹੀਂ ਹੁੰਦਾ ਭਣੇ ਕਹਿੰਦੇ ਹੁੰਦੇ ਜਦੋਂ ਤੀ ਦਾ ਰੱਖ ਲੈਨੇ ਨਾ ਉਸ ਟਾਈਮ ਤਾਂ ਰੱਬ ਬੌੜ ਜਾਂਦਾ ਪੀ ਆ ਕੇ ਐਂ ਨਾ ਕਰ ਕੋਈ ਗੱਲ ਨਹੀਂ ਬਥੇਰਾ ਆਪ ਹੀ ਪ੍ਰਮਾਤਮਾ ਕਰ ਦੂਗਾ ਚਲ ਵੇਖੋ ਅੱਜ ਤਾਂ ਪ੍ਰਮਾਤਮਾ ਨੂੰ ਫਿਕਰ ਵੇਖੀ ਜਾਉ ਜੇ ਨਾਲੇ ਮੇਰੀ ਗੱਲ ਸੁਣ ਕੁੜੀ ਮਟਿਆਰ ਹੋਗੀ ਉਮਰ ਲੰਗੀ ਜਾਂਦੀ ਹੈ ਜਦੋਂ ਉਮਰਾਂ ਲੰਘ ਜਾਂਦੀਆਂ ਚੱਜ ਦਾ ਘਰ ਨਹੀਂ ਮਿਲਦਾ ਸੁੱਖ ਨਾਲ ਦੇਖ ਮੇਰੀ ਕੁੜੀ ਦੇ ਹਾਨਦੀ ਹੈ ਤੇ ਉਹ ਦੋ ਜਵਾਕਾਂ ਦੀ ਮਾਂ ਹੋਗੀ ਇਹ ਤਾਂ ਹੈ ਗੱਲ ਤਾਂ ਤੇਰੀ ਸਿਆਣੀ ਹੈ ਹੁਣ ਅਸੀਂ ਆਪ ਦੇ ਲਾਲ ਚ ਨੂੰ ਇਹਨੂੰ ਬੁੜੀ ਕਰੀ ਜਾਂਦੇ ਆ ਆ 6000 ਦੇ ਮਾਰੇ ਉਹ ਸਾਡਾ ਘਰ ਤੁਰਦਾ ਹੁਣ ਮੈਂ ਲਾਡੀ ਨੂੰ ਆਏ ਆਖਿਆ ਸੀ ਵੀ ਭਾਈ ਕੋਈ ਪ੍ਰਾਈਵੇਟ ਨੌਕਰੀ ਕਰ ਲਾ ਚਲ ਜੇ ਉਹ ਲੱਗ ਗਿਆ ਕਿਸੇ ਕੰਮ ਤੇ ਪ੍ਰਾਈਵੇਟ ਤਾਂ ਚਲ ਇਹਦਾ ਭਾਈ ਵਿਆਹ ਕਰ ਦਿਆਂਗੇ ਜਿਹੇ ਜਹ ਹੋਇਆ ਦੇ ਦਿਆਂਗੇ ਫਿਰ ਹੋਰ ਕੀ ਹੈ ਨਹੀਂ ਆਈ ਤਾਂ ਭੈਣੇ ਤੈਨੂੰ ਮੈਂ ਕਹਿੰਨੀ ਆ ਮੇਰੀ ਗੱਲ ਸੁਣ ਜੇ ਤੂੰ ਕੁੜੀ ਦਾ ਵਿਆਹ ਕੀਤਾ ਆਪੇ ਕੀਤਾ ਲਾਲਚ ਨੂੰ ਮੁੰਡਾ ਲੱਗੀ ਜਾਵੇ ਪ੍ਰਾਈਵੇਟ ਨੌਕਰੀ ਵੀ ਹੁਣ ਮਾਂ ਆਪਣਾ ਕੋਈ ਚਾਰਾ ਨਹੀਂ ਚੱਲਦਾ ਉਹ ਤਾਂ ਫਿਰ ਕਰੂਗਾ ਹੀ ਭੈਣੇ ਕੁਛ ਨਾ ਕੁਛ ਢਿੱਡ ਦੀ ਖਾਤਰ ਤਾਂ ਕੰਮ ਕਰਨਾ ਹੀ ਪਊਗਾ ਤਾਂ ਹੀ ਤਾਂ ਮੈਂ ਕਹਿੰਨੀ ਆ ਹਾਂ ਉਹ ਆਏ ਕਹਿੰਦੀ ਆ ਵੀ ਜਿੱਥੇ ਮੇਰੀ ਕੁੜੀ ਨਹੀਂ ਵਿਆਹੀ ਹਾਂ ਉੱਥੇ ਥਾਂ ਹੈਗਾ ਵਧੀਆ ਪੜ੍ਹ ਲਿਖਿਆ ਮੁੰਡਾ ਚੰਗੀ ਜ਼ਮੀਨ ਜਾਇਦਾਦ ਆਉਂਦੀ ਆ ਜੇ ਭਾਈ ਤੁਹਾਡਾ ਮਨ ਮੰਨਦਾ ਤਾਂ ਮੈਂ ਕੁੜੀ ਨਾਲ ਗੱਲ ਕਰ ਲਵਾਂਗੀ ਤੇ ਰਿਸ਼ਤਾ ਕਰਾ ਦਾਨੀ ਆ। ਚੱਲ ਕੋਈ ਨਹੀਂ ਮੈਂ ਕਰ ਲੂ ਜਵਾਕਾਂ ਨਾਲ ਰਾਇ ਦੋਨਾਂ ਨਾਲ ਵੀ ਕੀ ਕਹਿੰਦੇ ਆ। ਹਾਂ ਆਈ ਮੈਂ ਕਹਿੰਦੀ ਆ ਚੱਲ ਸੋਹਣੀ ਸੁਨੱਖੀ ਕੁੜੀ ਐ ਚੱਲ ਮੁੰਡਾ ਵੀ ਵਧੀਆ ਮੇਰਾ ਤਾਂ ਦੇਖਿਆ ਪਾਲਿਆ। ਕਿਉਂ ਮੈਂ ਤਾਂ ਕੁੜੀ ਕੋਲੇ ਜਾਂਦੀ ਆਉਂਦੀ ਰਹਣੀ ਆ। ਹਾਂ ਇਹ ਤਾਂ ਹੈ। ਤੇ ਇਹ ਤਾਂ ਬਥੇਰਾ ਕਰਦਾ ਵੀ ਇਹਨੂੰ ਬਾਹਰੋਂ ਉਠਾ ਦਈਏ। ਤੋ ਕੁਝ ਨਹੀਂ ਹੁੰਦਾ ਬੰਤੋ ਬਾਕੀ ਰਹੀ ਦੇਣ ਲੈਣ ਦੀ ਗੱਲ ਐ ਉਹ ਮੈਂ ਬਾਕੀ ਆਦਰ ਲੂਗੀ ਆਪੀ। ਵੀ ਭਾਈ ਦੇਖ ਦੇਣ ਲੈਣ ਨੂੰ ਤਾਂ ਸਾਡੇ ਕੋਲੇ ਕੱਖ ਨਹੀਂ। ਕੁੜੀ ਵਧੀਆ ਪੜ੍ਹੀ ਲਿਖੀ ਐ ਜੇ ਅੱਗੇ ਪੜ੍ਹਾਓਗੇ ਤਾਂ ਤੁਹਾਡੀ ਮਰਜ਼ੀ ਐ ਕੁੜੀ ਨ ਹਾਂ ਉਹ ਚਲ ਉਹ ਧਰ ਨਾਲ ਦੀ ਮਰਜ਼ੀ ਐ ਘਰ ਦਾ ਕੰਮ ਕਰਾਉਣਾ ਘਰ ਦਾ ਕਰਾ ਲੈਣ ਜੇ ਅਗਲੇ ਨੂੰ ਭਾਈ 2 ਰੁਪਿਆ ਦਾ ਲਾਲਚ ਐ ਤਾਂ ਲਾ ਦੇਣਗੇ ਆਪੇ ਬਥੇਰੇ ਭੈਣੇ ਇਹੋ ਜੇ ਘਰ ਪਈ ਐ ਨੌਕਰੀ ਦੇ ਲਾਲਚ ਚ ਬਥੇਰਾ ਕਹਿੰਦੇ ਵੀ ਹਾਂ ਠੀਕ ਐ ਅਸੀਂ ਪੜਾ ਕੇ ਉਹ ਕਰਾ ਦਾਂਗੇ ਲਵਾ ਦਾਂਗੇ ਨੌਕਰੀ ਨਾਲੇ ਸਿਆਣੀ ਤੇ ਪੁੱਤ ਕਿੱਥੇ ਮਿਲਦੇ ਐ ਐਡੀ ਸਿਆਣੀ ਐ ਸਾਡੀ ਤਾਂ ਕੁੜੀ ਵੇਖ ਤਾਂ ਹੀ ਤਾਂ ਕਹਿਨੀ ਐ ਚਲ ਤੂੰ ਕਰ ਲਈ ਲਾਡੀ ਨਾਲ ਰੈ ਕਰ ਲਈ ਨਾ ਕੋਈ ਨਹੀਂ ਮਨਿੰਦਰ ਨੂੰ ਵੀ ਪੁੱਛ ਲਉ ਲਾਡੀ ਨਾਲ ਗੱਲ ਕਰ ਲਉ ਮਨਿੰਦਰ ਨੂੰ ਤਾਂ ਉਹ ਹੀ ਗੱਲ ਕੁੜੀਆਂ ਨੂੰ ਤਾਂ ਵਿਚਾਰੀਆਂ ਨੂੰ ਕੀ ਪੁੱਛਣਾ ਹੁੰਦਾ ਕੁੜਗਾਂ ਤਾਂ ਜਿੱਥੇ ਤੋੜ ਦਾਂਗੇ ਉੱਥੇ ਵਗ ਜਾਣਗੀਆਂ ਉਹ ਫੇਰ ਵੀ ਚੱਲ ਬੱਚੇਰਿਆਂ ਦੀ ਕੀ ਹੋਊ ਜਵਾਕ ਦਾ ਚੱਲ ਜੇ ਗੱਲ ਹੋ ਜੇ ਨਾ ਆਪ ਦਾ ਮਨ ਖੜ ਜਾਂਦਾ ਬੱਚੇਰਾ ਚੱਲ ਐ ਤਾਂ ਤੂੰ ਪੁੱਛ ਲਈ ਚੰਗਾ ਮੈਂ ਜਾਣੀ ਆ ਹਾਂ ਚੱਲ ਕੋਈ ਨਹੀਂ ਮੈਂ ਹੀ ਐ ਖੜੀ ਖੜਾ ਕੋਈ ਨਹੀਂ ਮੈਂ ਦੱਸ ਦੂੰ ਤੈਨੂੰ ਚੰਗਾ ਹਾਂ ਮੈਂ ਤਾਂ ਖੜੀ ਖੜੀ ਇੱਧਰ ਆ ਗਈ ਮੈਂ ਕਿਹਾ ਚੱਲ ਮੈਂ ਬੰਦ ਤੋਂ ਕੋਲੇ ਜਾਇਆ ਮਾਂ ਆ ਹੁਣ ਮੇਰਾ ਹਾਲਤ ਜੀ ਦੇਖ ਕੇ ਯਾਦ ਆ ਗਿਆ ਮੈਂ ਕਿਹਾ ਚੱਲ ਚੰਗਾ ਹੋ ਗਿਆ ਤੂੰ ਆ ਗਈ ਮੇਰਾ ਤਾਂ ਬਾਲਾ ਚਿੱਤ ਖਰਾਬ ਹੋਇਆ ਪਿਆ ਸੀ ਅੱਜ ਬੇਈ ਨੇ ਚਾਹ ਨਾ ਜਵਾਕ ਗਿਆ ਸੀ ਫੇਰ ਮੁੜ ਆਇਆ ਕੀ ਕਰਨ ਗਰੀਬ ਤਾਂ ਹੀ ਮਰੀ ਜਾਂਦੇ ਨੇ ਹਾਂ ਚਲ ਕੋਈ ਨਾ ਐਵੇਂ ਸਾਰਾ ਦਿਨ ਮਾਨਾ ਨਾਲੇ ਤੈਨੂੰ ਪਤਾ ਧੀ ਪੁੱਤ ਦਾ ਮਾਨਾ ਦੁਖੀ ਹੁੰਦਾ ਜਦੋਂ ਮਾਂ ਤੂੰ ਕਹਿੰਦੇ ਸਾਰਾ ਦਿਨ ਉਹ ਬੁਸੂ ਬੁਸੂ ਕਰਦੀ ਐ ਨਾਲੇ ਮੁੰਡੇ ਦੇ ਮਨ ਚ ਹੋਰ ਜਾਉ ਨਾਲੇ ਕੁੜੀ ਦੇ ਮਨ ਚ ਇਹ ਹੋ ਜਾਉ ਕੀ ਕਰਾਂ ਉਹਨਾਂ ਕੋਲ ਤਾਂ ਮੈਂ ਕੋਈ ਗੱਲ ਨਹੀਂ ਕਰਦੀ ਹਾਂ ਲੈ ਬਸ ਚਾਹ ਪੀ ਲੈ ਹਾਏ ਪੁੱਤ ਚਾਹ ਕਿਉਂ ਕਰ ਲੈਂਦੀ ਮੈਂ ਚਾਹ ਪੀ ਕੇ ਆਈ ਸੀ ਕੋਈ ਪੀ ਲੈ ਅਸੀਂ ਹੁਣੀ ਪੀ ਕੇ ਹਟੇ ਸੀ ਮੈਂ ਤਾਂ ਚਾਹ ਪੀ ਕੇ ਆਈ ਸੀ ਮੈਂ ਤਾਂ ਇਧਰ ਮਿੰਦਰੋ ਕੇ ਜਾ ਕੇ ਆਉਂਦੀ ਸੀ ਬਸ ਬਾਹਰ ਖੁੱਲਾ ਦੇਖ ਕੇ ਮੈਂ ਆ ਗਈ ਚਲ ਕੋਈ ਨਹੀਂ ਠੀਕ ਐ ਉੱਥੇ ਸਾਰੇ ਠੀਕ ਐ ਪੁੱਤ ਵਧੀਆ ਐ ਤੇ ਐ ਕਹਿੰਦੀ ਹੁਣ ਤਾਂ ਤੂੰ ਵੀ ਵਿ ਕੋਈ ਨਾ ਮਾਸੀ ਕਰਾ ਲਾਂਗੇ ਵਿਆਹ ਕਿਰ ਘਰ ਦੇ ਹਾਲਾਤ ਨਹੀਂ ਠੀਕ ਹੈਗੇ ਨਹੀਂ ਕੁਛ ਨਹੀਂ ਹੁੰਦਾ ਧੀਏ ਐਵੇਂ ਨਹੀਂ ਸੋਚੀ ਨਾ ਹੁੰਦਾ ਘਰ ਦੇ ਹਾਲਾਤਾਂ ਨੂੰ ਸਭ ਕੁਝ ਠੀਕ ਹੋ ਜੂ ਆ ਉਹ ਦੇਖ ਲੈ ਤੇਰਾ ਪਿਓ ਸੋਚ ਕੀ ਉਹ ਹੋਗਾ ਸੋਡਾ ਹੀ ਫਿਕਰ ਲੱਗਿਆ ਰਹਿੰਦਾ ਸੀ ਉਹਨੂੰ ਤਾਂ ਉਹੀ ਤਾਂ ਚਾਚੀ ਤਾਂ ਹੀ ਤਾਂ ਕਹਨੇ ਆ ਚਲ ਵੀਰੇ ਨੂੰ ਨੌਕਰੀ ਨਹੀਂ ਮਿਲਦੀ ਹੈਗੀ ਹੁਣ ਕੀ ਕਰੀਏ ਫਿਰ ਪੁੱਤ ਮੇਰੀ ਗੱਲ ਸੁਣ ਇਹ ਕਿਹੜਾ ਆਪਦੇ ਸਾਰੇ ਆ ਇਹ ਤਾਂ ਹੁਣ ਅੱਗੇ ਸਰਕਾਰਾਂ ਦੇ ਕੰਮ ਆ ਨੌਕਰੀ ਦੇਣਾ ਜਾਂ ਨਾ ਦੇਣਾ ਤੇ ਜੇ ਐਂ ਫਿਕਰ ਕਰੀ ਜਾਉਗੇ ਧੀਏ ਕੁਛ ਨਹੀਂ ਬਣਦਾ ਹੁੰਦਾ ਨਹੀਂ ਤਾਂ ਹੈ ਚਾਚੀ ਤੇ ਮੈਂ ਤਾਂ ਹੁਣ ਤੇਰੀ ਮਾਂ ਨੂੰ ਆਈ ਕਹਿੰਦੀ ਸੀ ਵੀ ਚਲ ਜਿੱਥੇ ਆਪਣੀ ਕੁੜੀ ਵਿਆਹੀ ਐ ਚਿੰਦਰ ਤੇ ਉੱਥੇ ਵਧੀਆ ਉਹਦਾ ਉਹ ਰਿਸ਼ਤਾ ਐ ਵੀ ਚਲ ਜੇ ਤੇਰਾ ਕਰ ਦਊਗੀ ਤਾਂ ਹੁਣ ਚਲ ਮਾਂ ਦੇ ਹੱਥਾਂ ਜਿਵੇਂ ਮਾਂ ਕਰੂਗੀ ਮੈਨੂੰ ਤਾਂ ਉਹ ਵੀ ਠੀਕ ਐ ਮਾਂ ਤਾਂ ਵਿਚਾਰੀ ਕੀ ਕਰੇ ਦੁੱਖਾਂ ਦੀ ਮਾਰੀ ਸਭ ਕੁਝ ਕਰਨਾ ਹੀ ਐ ਨਾ ਕਰਦੀ ਧਰਦੀ ਮੈਂ ਹਾਂ ਬਣਾ ਲਾਂ ਚਲ ਏਟ ਨਾ ਹੋ ਜਾਈ ਫਿਰ ਚਲ ਕੋਈ ਨਹੀਂ ਭੈਣ ਮੈਂ ਰਾਏ ਕਰਕੇ ਦੱਸੂ ਫਿਰ ਚੰਗਾ ਕਰਦੇ ਤੂੰ ਪਾ ਦੇ ਨਾ ਪੁੱਛ ਕੁਝ ਨਹੀਂ ਹੁੰਦਾ ਹਾਂ ਆ ਜਾਂਦੇ ਲਾਡੀ ਨੂੰ ਨਾ ਕਰਦੀ ਪੜਿਆ ਲਿਖਿਆ ਉਹ ਵੀ ਪਰਿਵਾਰ ਹੈ ਜਿਵੇਂ ਸੋਡਾ ਪੜਿਆ ਲਿਖਿਆ ਪਰਿਵਾਰ ਹੈ ਉਹ ਵੀ ਪੂਰਾ ਉਹ ਹੈ ਹਾਂ ਚੰਗਾ ਫਿਰ ਫਿਰ ਗੇੜਾ ਮਾਰੂੰ ਚੰਗਾ ਨਾ ਹਾਂ ਕੋਈ ਨਵੇਂ ਜਿਹੇ ਯਾਰ ਨਾਲ ਸਾਡੇ ਕਰਮ ਭਾਉ ਜਾਣ ਉਹ ਹੀ ਤਾਂ ਗੱਲ ਹੈ ਨਾਲੇ ਕੀਪ ਤਾਂ ਇਹਨੂੰ ਨੌਕਰੀ ਲਵਾ ਦੇਣ ਕੁੜੀ ਨੂੰ ਕੁੜੀ ਲੱਗ ਜੂ ਨੌਕਰੀ ਆਪੀ ਫਿਰ ਅੱਗੇ ਦੀ ਅੱਗੇ ਹੱਥ ਰਿਸਕ ਜਾਂਦਾ ਕੀਪ ਤਾਂ ਭਾਈ ਲਾਡੀ ਨੂੰ ਵੀ ਲਵਾ ਦੇ ਹਾਂ ਇਹ ਤਾਂ ਕੋਈ ਪਤਾ ਨਹੀਂ ਚੱਲ ਚੰਗਾ ਕੋਈ ਚੰਗੇ ਭਾਗਾਂ ਸਾਡੇ ਘਰੇ ਆ ਜਾਣ ਹੈ ਲਾਡੀ ਕੱਲ ਤੇ ਚਾਚੀ ਆਈ ਸੀ ਅੱਛਾ ਤੇ ਮਨਿੰਦਰ ਦੇ ਰਿਸ਼ਤੇਵਾਰੀ ਕਹਿੰਦੀ ਸੀਗੀ ਉਹ ਕਹਿੰਦੀ ਮੈਂ ਕਰਾ ਦਿੰਨੀ ਆ ਰਿਸ਼ਤਾ ਕਰਨਾ ਹੀ ਆ ਭੈਣ ਦਾ ਪਰ ਬੇਬੇ ਕੀ ਕਰੀਏ ਹੁਣ ਕੀ ਕਰੀਏ ਪੁੱਤ ਹੁਣ ਮਟਿਆਰਤੀ ਹੀ ਹੈਗੀ ਬਾਤ ਥੋੜੀ ਬਿਠਾ ਕੇ ਰੱਖਾਂਗੇ ਆਪਾਂ ਦੋ ਸਾਰ ਚਾਰ ਸਾਰ ਹੋਰ ਕਰਨਾ ਤਾਂ ਪਊਗਾ ਫਿਰ ਜੇ ਵੱਡੀ ਉਮਰ ਦੀ ਹੋ ਗਈ ਤਾਂ ਫਿਰ ਕਿਸੇ ਨੂੰ ਰਿਸ਼ਤਾ ਲੈਣਾ ਨਹੀਂ ਹੁਣ ਤਾਂ ਅਗਲਾ ਮੰਗਦਾ ਰਿਸ਼ਤਾ ਹੈ ਫਿਰ ਕਿਸੇ ਨੇ ਉਹੀ ਗੱਲ ਅਗਲਾ ਕੋਈ ਵੱਡੀ ਐਸੀ ਕੀ ਕਰਾਉਣਾ ਇਹ ਤੋਂ ਕਰਨਾ ਤਾਂ ਪਊ ਪੁੱਤ ਜੇ ਚਾਚੀ ਕਰਵਾਉਂਦੀ ਆ ਤਾਂ ਫਿਰ ਕਰ ਲਓ ਗੱਲ ਦੇਖ ਲੈਨੇ ਆ ਆਪਾਂ ਕਿਹੜਾ ਹੀ ਉਹ ਕਰਨਾ ਬਿਨਾ ਦੇਖ ਤਾਂ ਨਹੀਂ ਜਾਣਦੇ ਪਰ ਦੇਖ ਲੋ ਕੋਈ ਮੁੰਡਾ ਵਧੀਆ ਤਾਂ ਉਹ ਦੇਖਾਂਗੇ ਤਾਂ ਸਹੀ ਤੂੰ ਦੇਖ ਐਂ ਜਾ ਕੇ ਤੇ ਗੱਲ ਤਾਂ ਹੁਣ ਪੈਸਿਆਂ ਦੀ ਐ ਵੀ ਪੈਸਿਆਂ ਦਾ ਹੱਲ ਕਿਵੇਂ ਕਰਾਂਗੇ ਕੋਈ ਨਾ ਫਿਰ ਬੇਬੇ ਕਰ ਲੂੰਗਾ ਮੂੰ ਤਾਂ ਮੈਨੂੰ ਆਏ ਸੀਗਾ ਵੀ ਜੇ ਮੈਨੂੰ ਨੌਕਰੀ ਲੱਗ ਜਾਂਦਾ ਵਧੀਆ ਮਿਲ ਜਾਂਦੀ ਨੌਕਰੀ ਤਾਂ ਵਧੀਆ ਕਿਤੇ ਥਾਂ ਕਰ ਦਿੰਦੇ ਪਰ ਹੁਣ ਵੀ ਕਰਾਂਗੇ ਤਾਂ ਵਧੀਆ ਚਲ ਮੈਂ ਪੁੱਛ ਲੈਣਾ ਪੈਸੇ ਜਦੋਂ ਨੌਕਰੀ ਲੱਗ ਗਿਆ ਉਹ ਤਾਰ ਦੂੰਗਾ ਪੈਸੇ ਹੋਰ ਤੱਕ ਹੀ ਐ ਚਲ ਐਂ ਕਰ ਤੂੰ ਬੀਬੀ ਅਜ ਬੂਜ ਤੇ ਪੁੱਛ ਲੈ ਪੈਸੇ ਕਿ ਰਾਇਦਾ ਆਪਾਂ ਵਿਆਹ ਕਰ ਦਿੰਨੇ ਆ ਤੂੰ ਉਹਨਾਂ ਚਿਰ ਪ੍ਰਾਈਵੇਟ ਨੌਕਰੀ ਕਰ ਲਾ ਜਿਵੇਂ ਜਿਵੇਂ ਹੋਇਆ ਚਾਰ ਡੰਗ ਲਾਈ ਆਵਾਂਗੇ ਚਾਰ ਪੈਸੇ ਅਗਲੇ ਜਮ੍ਹਾਂ ਕਰਾ ਲਿਆ ਕਰਾਂਗੇ ਕੁਛ ਘਰ ਤੋਰ ਲਾਂਗੇ ਹੈ ਤੇ ਇਹਦਾ ਫਰਜ ਲੈ ਜੂ ਆਪਣੇ ਸਿਰੋਂ ਤੇ ਚਲ ਇਹਦਾ ਆਪਦੇ ਘਰੇ ਵੜਦੀ ਹੋ ਜੂਗੀ ਚਲ ਮੈਂ ਪੁੱਛਦਾ ਫਿਰ ਬੇਬੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਜੇ ਹੁਣ ਬਾਪੂ ਨਹੀਂ ਹੈਗਾ ਤਾਂ ਇਹਦਾ ਸਾਰਾ ਅੱਗੇ ਲੱਕ ਕਮਿਊਨਿਟੀ ਕਰਨਾ ਪਊਗਾ ਕਰਨਾ ਤਾਂ ਪਊ ਪੁੱਤ ਨਾਲੀ ਆਪਣੀ ਕੁੜੀ ਸਿਆਣੀ ਆ ਦੇਖ ਲਾ ਤੇ ਹੁਣ ਅਗਲਾ ਦੇਖਣਾ ਤਾਂ ਇਹ ਕਹਿੰਦਾ ਵੀ ਗੁੱਡੀ ਹੋ ਗਈ ਇਹਦਾ ਵਿਆਹ ਨਹੀਂ ਕਰਦੇ ਕਿਸੇ ਨੂੰ ਕੀ ਪਤਾ ਪੁੱਤ ਕਿਸੇ ਦੀਆਂ ਮਜਬੂਰੀਆਂ ਦਾ ਕਰਦੀ ਕੀ ਆ ਹੋਂ ਕਿੱਥੇ ਆਣ ਉਹ ਫਿਰਦੀ ਅੰਦਰ ਲੀੜਾ ਕਪੜਾ ਆ ਜਾਂ ਸਾਹਮਦੀ ਚੱਲ ਫਿਰ ਅੱਜ ਆਉਣਗੇ ਉਹ ਦੇਖਣਗੇ ਕੱਲ ਨੂੰ ਆਉਣਗੇ ਉਹ ਤਾਂ ਫੋਨ ਕਰਦੀ ਆ ਮੈਂ ਤੇਰ ਚਾਚੀ ਨੂੰ ਪੁੱਛ ਲੈਣੀ ਆ ਕੱਲ ਪੁੱਛ ਲੈ ਫੇ ਫੋਨ ਲਾ ਕੇ ਉਹਨੂੰ ਕਹਦੇ ਘਰ ਦੀ ਸਾਫ ਸਫਾਈ ਕਰ ਲਾ ਜੇ ਕਿਤੇ ਮੰਨ ਲਾ ਵੀ ਉਹ ਆ ਗਏ ਨਾ ਤਾਂ ਫਿਰ ਐ ਬੁਰਾ ਲੱਗਦਾ ਉਹ ਤਾਂ ਚੱਲ ਕੋਈ ਨਹੀਂ ਸਾਫ ਸਫਾਈ ਤਾਂ ਕਰ ਲੂਗੀ ਛੁੱਟੀ ਆ ਉਹਨਾਂ ਨਾਲੇ ਅੱਜ ਹਾਂ ਤੇ ਮੈਂ ਉਹਨੂੰ ਕਿਹਾ ਸੀ ਮੈਂ ਹਾਂ ਮੈਂ ਫੋਨ ਕਰਕੇ ਦੱਸੂਗੀ ਤੈਨੂੰ ਮੈਂ ਹਾਂ ਲਾਡੀ ਨਰਾਇਆ ਕਰਕੇ ਚਲ ਬਸ ਠੀਕ ਆ ਫਿਰ ਮੈਂ ਪੈਸੇ ਦਾ ਪੁੱਛਿਆ ਆਉਣਾ ਜੇ ਹੋਇਆ ਤਾਂ ਫਿਰ ਜਲਦੀ ਕਰ ਦਾਂਗੇ ਵਾ ਆਹ ਹੋ ਕਹਿੰਦੀ ਸੀ ਕਹਿੰਦੀ ਚਲ ਕੋਈ ਨਹੀਂ ਕੇ ਵੀ ਵਧੀਆ ਥਾਗਾ ਮੇਰੀ ਕੁੜੀ ਕੋਲੀ ਹੈ ਕਹਿੰਦੀ ਰਿਸ਼ਤਾ ਤੇ ਕਹਿੰਦੀ ਮੈਂ ਉਹ ਵੀ ਚਲਾ ਆਏ ਆ ਵੀ ਵਧੀਆ ਕਰੇ ਹੋ ਜੇ ਚਲ ਫਿਰ ਫੋਨ ਲਾ ਕੇ ਪੁੱਛ ਮਾਂ ਤੂੰ ਹਾਂ ਕੋਈ ਨਹੀਂ ਕਰਦੀ ਫਿਰ ਚਲ ਮੈਂ ਹੀ ਭੈਣ ਦੱਸ ਚੱਤ ਤੂੰ ਭਾਈ ਪੜਤਾਲ ਪਹਿਲਾਂ ਹੀ ਕਰਕੇ ਰੱਖ ਲੈ ਬਸ ਠੀਕ ਆ ਕੋਈ ਮੌਕੇ ਤੇ ਕੰਮ ਨਹੀਂ ਬਣਦਾ ਹੁੰਦਾ ਚਲ ਤੇ ਬਦੁੱਸੀ ਕਰਨਾ ਕਰ ਕੋਈ ਨਹੀਂ ਆਉਣਾ ਮੈਂ ਪਤਾ ਕਰਕੇ ਚਲ ਚੰਗਾ ਕਿੰਨਾ ਪੜਿਆ ਪੁੱਤ ਤੂੰ ਮੇਰੀ ਬੀਏ ਕੀਤੀ ਆਈ ਅੱਛਾ ਦੱਸਿਆ ਤਾਂ ਸੀ ਭੈਣ ਮੈਂ ਤੈਨੂੰ ਵੀ ਵਧੀਆ ਪੜਿਆ ਲਿਖਿਆ ਪਰਿਵਾਰ ਹੈ ਤੇ ਇਹਨਾਂ ਨੇ ਸੋਡੇ ਬਾਰੇ ਵੀ ਸਾਰਾ ਕੁਝ ਦੱਸਤਾ ਸੀ ਤੇ ਤੂੰ ਮਨਿੰਦਰ ਨੂੰ ਬੁਲਾ ਕੇ ਰਾਂ ਮਨਿੰਦਰ ਆ ਜਾ ਪੁੱਤ ਨਾਲੇ ਕੁੜੀ ਦਾ ਵੀ ਭੈਣ ਆਪਣੀ ਦਾ ਦਿਖਲਾ ਬੀਬੀ ਟਿੱਕ ਕੀਤੀ ਹੋਈ ਆ ਦੱਸਿਆ ਮੈਂ ਇਹਨਾਂ ਨੂੰ ਸਾਰਾ ਕੁਝ ਦੱਸਤਾ ਮੈਂ ਹਾਂ ਵੀ ਚੱਲ ਹੁਣ ਬਿਵੇਲੀ ਨਾਲ ਬੱਚੇ ਪੜਾ ਲੈਂਦੀ ਆ ਹਨਾ ਉਹੀ ਤਾਂ ਗੱਲ ਹੈ ਹੁਣ ਤਾਂ ਬਸ ਨਹੀਂ ਹੁੰਦਾ ਚੱਲ ਜਵਾਕ ਦਾ ਇਹਦੇ ਨਾਲ ਹੋ ਜਾਂਦਾ ਹਈ ਦਤਾ ਦੇ ਤੂੰ ਆ ਕੁੜੀ ਐ ਭਾਈ ਤੁਹਾਡੇ ਸਾਹਮਣੇ ਐ ਪੜਾਈ ਲਿਖਾਈ ਅਸੀਂ ਦੱਸਤੀ ਸਾਰਾ ਕੁਝ ਨੇ ਦੱਸ ਰੱਖਿਆ ਕੰਮ ਕੀ ਕਰਦੇ ਜੀ ਮੇਰੀ ਦੁਕਾਨ ਐ ਵੀਰੇ ਕੱਪੜੇ ਦੀ ਜਨੀਕ ਕਲੈਕਸ਼ਨ ਦੇ ਨਾਂ ਤੇ ਆਹ ਜੀ ਤੇ ਤੁਹਾਨੂੰ 7 ਨੰਬਰ ਗਲੀ ਚ ਅੱਛਾ ਕੰਮ ਤਾਂ ਬਥੇਰਾ ਸੋਹਣਾ ਐ ਪੁੱਤ ਚਲੋ ਵਧੀਆ ਤੇ ਜ਼ਮੀਨ ਠੇਕੇ ਤੇ ਲਾ ਦੰਦੇ ਆ ਕਿੰਨੀ ਕਮਾਈ ਹੋ ਜਾਂਦੀ ਐ ਭਾਈ 50-60 ਹਜ਼ਾਰ ਰੁਪਏ ਮਹੀਨੇ ਦਾ ਕਮਾ ਲੈਂਦਾ ਜੀ ਚਲੋ ਵਧੀਆ ਬਹੁਤਾ ਫੇਰ ਤਾਂ ਬਥੋ ਆ ਕੁੜੀ ਐ ਭੈਣ ਜੀ ਉਹ ਤਾਂ ਕੁੜੀ ਵੀ ਕਮਾ ਲੈਂਦੀ ਐ 6-8 ਹਜ਼ਾਰ ਰੁਪਏ ਬੱਚੇ ਪੜਾਉਂਦੀ ਐ ਉਹ ਹੁਣ ਛੋਡੀ ਮਰਜ਼ੀ ਆ ਜੇ ਤੁਸੀਂ ਮਤਲਬ ਵਿਆਹ ਤੋਂ ਬਾਅਦ ਇਹ ਨ੍ਹਾ ਕੋਈ ਕੰਮ ਤੇ ਲਾਉਣਾ ਜਾਂ ਆਵਾਸ ਘਰ ਦੇ ਕੰਮ ਕਰਾਉਣੇ ਆ ਤੁਸੀਂ ਆਪ ਦੇ ਹਿਸਾਬ ਨਾਲ ਦੇਖੋ। ਉਹ ਤਾਂ ਭਾਈ ਤੁਹਾਡੀ ਮਰਜ਼ੀ ਆ ਹਨਾ ਜਿਵੇਂ ਤੁਹਾਡਾ ਲੋਟ ਆਊਗਾ। ਹੂੰ ਤਾਂ ਇਹਦਾ ਸ਼ੌਂਕ ਹੈ ਵੀ ਅੱਗੇ ਹੋਰ ਜੇ ਪੜ੍ਹਾਈ ਕਰੇ ਨਾ ਨਾ ਪੜ੍ਹਾਈ ਲਿਖਿਆ ਪਰਿਵਾਰ ਹੈ ਪੜਾ ਲਾਂਗੇ। ਐਹ ਜੀ ਕੋਈ ਗੱਲ ਨਹੀਂ। ਹਾਂ ਚਲੋ ਤਾਂ ਅਗਲੇ ਦੀ ਮਰਜ਼ੀ ਆ। ਹਾਂ ਜਿਵੇਂ ਲੱਗੇ ਹਨਾ। ਬਾਕੀ ਐਂ ਕਹਿੰਦੀ ਆ ਬਈ ਜਿਹੜੀ ਗੱਲਬਾਤ ਆ ਤੁਸੀਂ ਕਰ ਲਓ ਠੀਕ ਹੈ ਜੀ। ਮ ਗੱਲਬਾਤ ਤਾਂ ਕੀ ਕਰਨੀ ਆ ਬਸ ਤੁਸੀਂ ਦੇਖ ਕੇ ਲੈ ਕੇ ਆਇਆ ਸਾਰਾ ਕੁਝ ਦੱਸਿਆ ਹੀ ਹੋਣਾ ਨਹੀਂ ਉਹ ਤਾਂ ਦੱਸਿਆ ਠੀਕ ਹੈ ਫਿਰ ਵੀ ਅਗਲਾ ਕੋਈ ਗੱਲ ਦਾ ਰੰਜਨਾ ਅਗਲਾ ਕਹਿੰਦਾ ਬਚੋਲੇ ਨੇ ਹੋਲਾ ਰੱਖ ਲਿਆ ਨਹੀਂ ਹੋਲੇ ਦਾ ਕੋਈ ਗੱਲ ਨਹੀਂ ਸਾਨੂੰ ਮੁੰਡਾ ਪਸੰਦ ਆ ਤੁਸੀਂ ਦੱਸੋ ਕੁੜੀ ਪਸੰਦ ਆ ਸਾਨੂੰ ਨਹੀਂ ਕੁੜੀ ਸਾਨੂੰ ਪਸੰਦ ਆਗੀ ਠੀਕ ਹੈ ਭੈਣ ਜੀ ਹਾਂ ਹਾਂ ਬਸ ਫਿਰ ਦਿਨ ਰੱਖ ਲੋ ਸਗਣ ਦਾ ਕੋਈ ਗੱਲ ਨਹੀਂ ਆਪਾਂ ਕਰ ਲੈਨੇ ਆ ਬਾਕੀ ਗੱਲ ਭੈਣ ਜੀ ਤੁਹਾਨੂੰ ਦੱਸੀ ਹੋਈ ਐ ਵੀ ਦੇਣ ਲੈਣ ਦੀ ਤਾਂ ਸਾਨੂੰ ਕੋਈ ਲੋੜ ਨਹੀਂ ਗਈ ਅਸੀਂ ਇੱਕ ਤਾਂ ਸਗਣ ਤੇ ਵਧੀਆ ਕੱਠ ਕਰਾਂਗੇ ਪੂਰਾ ਵਧੀਆ ਸਗਣ ਕਰਨਾਗਾ ਤੇ ਦੂਜੀ ਗੱਲ ਇਹ ਐ ਵੀ ਸਾਡੀ ਪ੍ਰਾਤ ਜਿਹੜੀ ਉਹ 500 ਬੰਦਾ ਆਊਗਾ। ਉਹਦੀ ਸੇਵਾ ਵਧੀਆ ਹੋਣੀ ਚਾਹੀਦੀ ਐ। ਇਹ ਤੁਸੀਂ ਦੇਖ ਲਓ। ਭੈਣ ਜੀ ਜਿਆਦਾ ਨਹੀਂ ਹੈਗਾ 500 ਬੰਦਾ। ਭਾਜੀ ਆਏ ਮੇਰੀ ਗੱਲ ਸੁਣ। ਇਹ ਸਾਰਿਆਂ ਦੇ ਜਾਂਦੇ ਆਉਂਦੇ ਆ। ਤੈਨੂੰ ਪਤਾ ਪੜਿਆ ਲਿਖਿਆ ਪਰਿਵਾਰ ਐ। ਸਾਰੇ ਅਫਸਰਾਂ ਨਾਲ ਇਹਦੀ ਜਾਣਕਾਰ ਐ। ਤਾਂ ਕਹਿੰਦੇ ਐ ਇਹ। ਨਹੀਂ ਉਹ ਤਾਂ ਚੱਲ ਗੱਲ ਠੀਕ ਹੈਗੀ। ਵੀ ਫਿਰ ਅਸੀਂ ਵੀ ਆਪਦੀ ਪਹੁੰਚ ਦੇਖਣੀ ਐ। ਇਸ ਤਾਂ ਚੁੰਨੀ ਜੜਾ ਵੀ ਕਰ ਸਕਦੇ ਆ। ਵੀ ਇੰਨਾ ਖਰਚਾ ਨਹੀਂ ਕਰ ਸਕਦੇ। ਕਿਉਂ ਲਾਡੀ? ਹਾਂ ਉਹ ਤਾਂ ਹਮ ਸਾਨੂੰ ਪਤਾ ਹੀ ਹੈ ਜੀ ਕਿਉਂਕਿ ਜੇ ਮੈਂ ਨੌਕਰੀ ਲੱਗਿਆ ਹੁੰਦਾ ਫਿਰ ਗੱਲ ਵੱਖਰੀ ਸੀਗੀ ਦੇ ਪੁੱਤ ਮੇਰੀ ਗੱਲ ਸੁ ਜੀ ਆਪਾਂ ਤਕੜੇ ਨਾਲ ਮੱਥਾ ਲਾਉਨੇ ਆ ਤਾਂ ਮਾੜਾ ਮੋਟਾ ਤਾਂ ਆਪਾਂ ਨੂੰ ਕੁਝ ਕਰਨਾ ਹੀ ਪੈਂਦਾ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਉਹ ਤਾਂ ਗੱਲ ਠੀਕ ਹੈ ਭਨੇ ਜੇ ਹੁਣ ਉਹੀ ਗੱਲ ਸਾਡੇ ਚ ਇਨੀ ਪਹੁੰਚ ਹੋਊ ਤਾਂ ਫੇਰ ਹੀ ਕਰਾਂਗੇ ਜੇ ਹੁਣ ਸਾਡੇ ਚ ਇਨੀ ਪਹੁੰਚ ਹੀ ਨਹੀਂ ਫਿਰ ਸਾਡਾ ਕੀ ਫਾਇਦਾ ਐਵੇਂ ਪੰਜੇ ਹੁਣ ਤੁਹਾਨੂੰ ਅਸੀਂ ਸਾਰੀ ਗੱਲ ਦੱਸੀ ਸੀਗੀ ਤੁਸੀਂ ਇਹਨਾਂ ਨਾਲ ਪਹਿਲਾਂ ਗੱਲ ਕਰਨੀ ਸੀਗੀ ਵੀ ਇਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਮੈਂ ਜਿੰ ਨੂੰ ਤਾਂ ਮੈਂ ਗੱਲ ਕੀਤੀ ਸੀ ਮੈਂ ਆਖਿਆ ਚੱਲ ਵਧੀਆ ਪਰਿਵਾਰ ਐ ਕੁੜੀ ਮौज ਮਾਰੂਗੀ ਫਿਰ ਅਸੀਂ ਤਾਂ ਹੁਣ ਇਹ ਰਿਸ਼ਤਾ ਲੈ ਨਹੀਂ ਸਕਦੇ ਬਈ ਇਦਾਂ ਦਾ ਨਹੀਂ ਉਹ ਇੰਨਾ ਮੇਰਾ 50 60000 ਮੇਰਾ ਮੁੰਡਾ ਕਮਾਉਂਦਾਗਾ ਬਾਕੀ ਸਾਡੇ ਜਮੀਨ ਜਾਇਾਤ ਵੀ ਹੈਗੀ ਹੈਗੀ ਫਿਰ ਅਸੀਂ ਜਮਾ ਗਰੀਬ ਕਰਦੀ ਨਹੀਂ ਲਈ ਜਾ ਸਕਦੇ ਬਈ ਚਲੋ ਤੁਸੀਂ ਗੁੱਸਾ ਨਾ ਕਰੋ ਪੈਸਾ ਤਾਂ ਨਹੀਂ ਜ਼ਰੂਰੀ ਹੁੰਦਾ ਮੈਂ ਪੜ੍ਹੀ ਲਿਖੀ ਵੀ ਆਂ ਜੌਬ ਵੀ ਕਰਦੀ ਆਂ ਅੱਗੇ ਵੀ ਜੌਬ ਕਰ ਲੂੰਗੀ ਹਮ ਜੌਬ ਕਰ ਲੂੰਗੀ ਅਸੀਂ ਜੌਬ ਤੇ ਨਾ ਕਰਾਉਣੀ ਹੋਵੇ ਚੱਲ ਉਹ ਤਾਂ ਤੁਹਾਡੀ ਮਰਜ਼ੀ ਹੈ ਭੈਣ ਜੀ ਉਹ ਤਾਂ ਤੁਹਾਡੇ ਘਰ ਦਾ ਮਸਲਾ ਹੋ ਜੂ ਹਨਾ ਉਹ ਦੇਖ ਭੈਣ ਜੀ ਸਾਡਾ ਜਵਾਬ ਹੈ ਅਸੀਂ ਨਹੀਂ ਰਿਸ਼ਤਾ ਕਰਨਾ ਇੱਥੇ ਕੋਈ ਨਾ ਭੈਣ ਜੀ ਇੱਕੋ ਦਮ ਤੁਸੀਂ ਆਏ ਨਾ ਕਹੋ ਕੋਈ ਗੱਲ ਨਹੀਂ ਮੈਂ ਗੱਲ ਕਰਦੀ ਆ ਇਹਨਾਂ ਨਾਲ ਨਾਲੇ ਭੈਣ ਜੀ ਗੱਲ ਸੁਣ ਜਿਹੜੀ ਕੁੜੀ ਅੱਜ ਹੀ ਇਹ ਨਿਜਵਾਨ ਚਲਾ ਰਹੀ ਹੈਗੀ ਤੇ ਫਿਰ ਕੱਲ ਨੂੰ ਉੱਥੇ ਜਾ ਕੇ ਕੀ ਕਰੋਗੇ ਸਾਡੇ ਕੋਲੇ ਬੋਲਦੀ ਤਾਂ ਹੈ ਨਹੀਂ ਭੈਣ ਜੀ ਕੁੜੀ ਦੇ ਮੂੰਹ 'ਚ ਬੋਲ ਨਹੀਂ ਪਰ ਉਹ ਥੋੜਾ ਜਿਹਾ ਦੇ ਘਰ ਦੇ ਹਾਲਾਤਾਂ ਕੰਨੇ ਦੇਖ ਕੇ ਛੋੜੇ ਨਾਲ ਗੱਲ ਕਰ ਲਈ ਉਹਨੇ ਤੇ ਆਂਟੀ ਜੀ ਜਦੋਂ ਤੁਸੀਂ ਅੱਜ ਇੰਨਾ ਉਹ ਕਰਦੇ ਹੋ ਵੀ ਸਾਡੀ ਉਹ ਇਹ ਨਹੀਂ ਕੰਜਸ ਤਾਂ ਕਰਕੇ ਉਹ ਕਰ ਲਿਆ ਜਦੋਂ ਫਿਰ ਕੰਜਸ ਹੈ ਨਹੀਂ ਭੈਣ ਜੀ ਫਿਰ ਉਹ ਜਿਹੜਾ ਮੱਥਾ ਲਾ ਲੈਣ ਚਲੋ ਤੁਸੀਂ ਐਵੇਂ ਗੁੱਸਾ ਨਾ ਕਰੋ ਤੁਸੀਂ 500 ਬੰਦਾ ਕਹਿੰਨੇ ਹੋ ਚਲੋ ਸਾਡੀ ਥੋੜੀ ਲਿਹਾਜ਼ ਕਰ ਲਿਓ 300 ਬੰਦਾ ਕਰ ਲਿਓ ਉਹਨੇ ਇੱਕਦਮ ਐਰ ਪ੍ਰਬੰਧ ਕਰ ਲਊਗਾ ਨਾ ਭਾਈ ਇੰਨਾ ਨਹੀਂ ਹੋਣਾਗਾ ਸਾਡੇ ਕੱਠ ਹੋਊਗਾ ਫੇਰ ਨਾ ਤੁਸੀਂ ਕਹਿ ਦਿਓ ਵੀ ਭਾਈ ਤੁਸੀਂ ਵੱਧ ਕੱਠ ਕਰ ਲਿਆ ਮੇਰੀ ਗੱਲ ਸੁਣੋ ਭੈਣ ਜੀ ਚਲ ਕੋਈ ਨਾ ਵਿਆਹ ਤੇ ਉਹ ਕਰ ਲਿਓ ਘਰੇ ਪਾਰਟੀ ਰੱਖ ਲਿਓ ਉਦੋਂ ਅਗਲਿਆਂ ਦਾ ਲਾਂਬਾ ਲਾ ਦਿਓ ਕਿੱਡੀ ਕਬੱਡੀ ਗੱਲ ਹੁੰਦੀ ਆ ਕਿਵੇਂ ਪਤਾ ਦੇਖਣਾ ਕੀ ਆ ਮਾਂ ਆਪਣੀ ਬੇਇੱਜ਼ਤੀ ਹੋ ਜੂ ਮੇਰੀ ਤੈਨੂੰ ਪਤਾ ਤਾਂ ਹੈ ਕਿਸੇ ਮਾੜੇ ਬੰਦੇ ਨਾਲ ਲਿਆਜ ਹੈ ਨਹੀਂ ਨਾ ਕੋਈ ਆਪਣਾ ਰਿਸ਼ਤੇਦਾਰ ਮਾੜਾ ਆਪਣਾ ਨੱਕ ਵੱਡਾ ਜਊ ਨਾਲੇ ਇਹ ਹੁਣੀ ਕਿੰਨਾ ਬੋਲਦੀ ਆ ਚਵੜ ਚਵੜ ਬੋਲਦੀ ਆ ਇੱਥੇ ਘਰੇ ਜਾ ਕੇ ਨੇ ਤੈਨੂੰ ਕਿੱਥੇ ਬੋਲਣ ਦਿੱਤਾ ਉਹ ਨਹੀਂ ਨਹੀਂ ਬਾਈ ਐਵੇਂ ਸਾਨੂੰ ਭਲੇਖਾ ਲੱਗਿਆ ਉਹ ਤਾਂ ਉਹੀ ਬੋਲ ਗਈ ਭਲੇਖਾ ਕਿਉਂ ਲੱਗਿਆ ਬਾਈ ਦੇਖ ਤਾਂ ਸੀ ਕਿਵੇਂ ਬੋਲਦੀ ਆ ਨਾਲੇ ਜੋ ਛੋਟੀ ਇੰਨੀ ਆਕਾਤੀ ਹੈ ਨਹੀਂ ਕੁੜੀ ਨੂੰ ਵਿਆਹਣ ਦੀ ਆਪ ਤੂੰ ਵਿਹਲਾ ਬੈਠਾ ਪਿਆ ਇਹਨੂੰ ਕੰਮ ਤੇ ਲਾਈ ਬਿਠਾ ਚੱਲ ਮਾਂ ਪਪਾ ਨਹੀਂ ਕਰ ਭੈਣ ਜੀ ਗੱਲ ਤਾਂ ਸੁਣੋ ਬਸ ਭੈਣ ਜੀ ਸੁਣੀ ਪਈ ਆ ਕਰਾਤੀ ਬੇਇਤੀ ਕੀ ਭਣੇ ਤੂੰ ਤਾਂ ਮੇਰੀ ਵੀ ਬੇਇਤੀ ਕਰਾਤੀ ਧੀ ਨੂੰ ਬਸਾਉਣ ਵਾਸਤੇ ਆਪਾਂ 100-100 ਪਾਪੜ ਵੇਲਦੇ ਆਂ ਨੱਕ ਮੁਸ਼ਕਤਾਂ ਮਰੇ ਤੋਂ ਮਰੇ ਵੀ ਖਾਉਂਦਾ ਹੈ ਅਗਲਾ ਨਹੀਂ ਭਣੇ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਵੀ ਸਾਡੇ ਚ ਪਹੁੰਚ ਹੈ ਨਹੀਂ ਤੂੰ ਉਹ ਜਿਹੇ ਰਿਸ਼ਤੇਦਾਰ ਲੈ ਆਉਣਾ ਸੀ ਹੁਣ ਅਸੀਂ ਅੱਡੀਆਂ ਚਾੱਕ ਕੇ ਫਾਹਾ ਕਿੱਥੋਂ ਲੈ ਲਈਏ ਜਦੋਂ ਸਾਡੇ ਚ ਗਜਾਇ ਸੀ ਹੈ ਨਹੀਂ ਸਾਨੂੰ ਤਾਂ ਢਿੱਡ ਭਰਨ ਦਾ ਫਿਕਰ ਲੱਗਿਆ ਰਹਿੰਦਾ ਇਹ ਕਹਿੰਦੇ ਆ ਕਿ ਪੰਡ ਸਬੰਦ ਦਾ ਜਾਣਦਾ ਆऊ ਅਸੀਂ ਕਿੱਥੋਂ ਤਿਆਰੀ ਕਰ ਲਾਂਗੇ ਇੰਨੀ ਨਹੀਂ ਮੇਰੀ ਗੱਲ ਸੁਣ ਐਡਾ ਤਕੜਾ ਘਰ ਨਹੀਂ ਮਿਲਦਾ ਜੇ ਤਕੜੇ ਘਰ ਨਾਲ ਮੱਥਾ ਲਾਵਾਂਗੇ ਤਾਂ ਅਗਲਾ ਅਸੀਂ ਭੈਣੇ ਅੱਜ ਦਾ ਪੂਰਾ ਕਰ ਦਾਂਗੇ ਇਹਨਾਂ ਨੂੰ ਸਵੇਰ ਨੂੰ ਮੂੰਹ ਪੈ ਜੂ ਮੇਰਾ ਪੁੱਤ ਕੱਲਾ ਕੱਲਾ ਪੁੱਤ ਆ ਵਾਰੀ ਵਾਰੀ ਕਿੱਥੋਂ ਪੂਰਾ ਕਰੂ ਇਹਨਾਂ ਦਾ ਲੈ ਫਿਰ ਇਹ ਕੱਲਾ ਧੀ ਰਹੀ ਨਾ ਤਾਂ ਤੇਰੀ ਕੁੜੀ ਦਾ ਕਿਤੇ ਹੋਣਾ ਤੇ ਨਾ ਤੇਰਾ ਮੁੰਡਾ ਨੌਕਰੀ ਲੱਗਣਾ ਆਹੀਂ ਫਿਰੂਗੀ ਕੁੜੀ ਕੁੜੀ ਦੀ ਕਮਾਈ ਖਾਈ ਜਾਈ ਚਾਚੀ ਕੋਈ ਨਹੀਂ ਭੈਣੇ ਤੂੰ ਸਾਡੀ ਗੱਲ ਵੀ ਸਮਝ 6000 ਨਾਲ ਅਸੀਂ ਕਿਵੇਂ 500 ਬੰਦੇ ਦਾ ਘਰ ਮੂੰਹ ਭਰ ਦਾਂਗੇ ਲੈ ਦੱਸ ਜੇ ਭੈਣ ਨੂੰ ਗਹਿਣਾ ਤਾਂ 100 100 ਕੁਸ ਕੰਮ ਕਰਨਾ ਪੈਂਦਾ ਕੋਈ ਕੰਮ ਕਰ ਲੈ ਕਿਸੇ ਤੋਂ ਮੰਗ ਲੈ ਧਾਰੇ ਸੁਧਾਰੇ ਫਿਰ ਕੀ ਆ ਕੌਣ ਦਿੰਦਾ ਹੈ ਹੱਦ ਹੋਈ ਪਈ ਆ ਛੋਡੇ ਵਾਲੀ ਤਾਂ ਚਾਚ ਸੋ ਹੱਲ ਹੋ ਜਾਂਦਾ ਬਿਨਾ ਪਿਆਉ ਤਾਂ ਕੋਈ ਨਹੀਂ ਪਹੇਜਦਾ ਚੱਲ ਚੰਗਾ ਠੂਠਾ ਚੱਕ ਕੇ ਮੰਗਣ ਲੱਗ ਜਾ ਆਹੀ ਕੁਸ ਰਹਿ ਗਿਆ ਤੇਰੇ ਕੋਲੇ ਨਾ ਵੇਖ ਲਾ ਮਾੜੇ ਦੇ ਤਾਂ ਮਿਆਤੀ ਵੀ ਹਾਰ ਜਾਂਦੇ ਆ ਨਹੀਂ ਤਾਂ ਉਹ ਗੱਲ ਹੋ ਗਈ ਆ ਵੇਖ ਲਾ ਤੇਰੀ ਚਾਚੀ ਵੀ ਉਹਨਾਂ ਦੇ ਮੰਗਰ ਲੱਗ ਗਈ ਇਹਨੇ ਆਪਣੀ ਮਜਬੂਰੀ ਵੀ ਨਹੀਂ ਸਮਝੀ ਵੀ ਇਹ ਗਰੀਬ ਹੈ ਤੇ ਮੈਂ ਉਹਹਿਆ ਰਿਸਤਾ ਲਿਆ ਵਾ ਤਕੜੇ ਲਈ ਆ ਸਮਾਂ ਕਰੇ ਆ ਕੇ ਬੇਇੱਜ਼ਤੀ ਕਰਕੇ ਤੁਰ ਗਏ ਨਹੀਂ ਮਾਂ ਚਾਚੀ ਦਾ ਵੀ ਕੀ ਕਸੂਰ ਹੈ ਉਹ ਤਾਂ ਆਪਣੇ ਵਾਸਤੇ ਫਿਰਦੀ ਆ ਕਸੂਰ ਤਾਂ ਮੇਰਾ ਹੈ ਜੇ ਮੈਨੂੰ ਵਧੀਆ ਨੌਕਰੀ ਮਿਲ ਜਾਂਦੀ ਤਾਂ ਅੱਜ ਮੇਰੀ ਭੈਣ ਦਾ ਚੰਗੇ ਘਰੇ ਰਿਸ਼ਤਾ ਹੋ ਜਾਂਦਾ ਆ ਆਪਦੇ ਕਹਿਣ ਨਾਲ ਹੀ ਪੁੱਤ ਕੁਛ ਹੁੰਦਾ ਜਿਹੜਾ ਕੁਸ਼ ਕਿਸਮਤ ਚ ਲਿਖਿਆ ਹੋਵੇ ਉਹੀ ਹੁੰਦਾ ਜੇ ਤੇਰੇ ਕਰਮਾਂ ਚ ਨੌਕਰੀ ਐ ਤਾਂ ਤੈਨੂੰ ਮਿਲੂਗੀ ਜੇ ਨਹੀਂ ਹੈਗੀ ਤਾਂ ਜਮਾ ਨਹੀਂ ਮਿਲਦੀ ਭਾਵੇਂ ਕਿੰਨੇ ਮਰਜੀ ਧੱਕੇ ਖਾਲਾ ਜਿਹੜਾ ਹੋਣਾ ਉਹੀ ਹੋਣਾਗਾ ਹੱਲ ਕੋਈ ਨਾ ਮਾ ਉਹ ਪਤਾ ਨਹੀਂ ਅੰਦਰ ਕਿਉਂ ਭੱਜ ਕੇ ਜਾਵੜੀ ਜਦ ਦੇਖ ਲੈ ਕਿਤੇ ਐਵੇਂ ਕੁਛ ਕਰੀ ਨਾ ਲਵੇ ਨੰਮੈ ਨੂੰ ਆਇੰਦਾ ਸੋਹਣ ਕਿੰਨੇ ਘਟਾ ਮੂਹਲ ਮਗਾ ਕੇ ਬੈਠੇ ਰਹੋਗੇ ਕੰਮਕਾਰ ਕਰ ਲੋ ਕੋਈ ਨਾਲ ਜਿਹੋ ਜੇ ਸੀਗੇ ਉਹੋ ਜੀ ਆਪਦੀ ਔਕਾਤ ਦਿਖਾਗੇ ਮੰਮੀ ਵਧੀਆ ਹੀ ਹੋਇਆ ਨਹੀਂ ਰਿਸ਼ਤਾ ਹੋਇਆ ਉੱਥੇ ਆਪਾਂ ਕਰਕੇ ਪਛਤਾਉਂਦੇ ਮੁੜ ਕੇ ਉਹ ਵੀ ਲਾਲਚੀ ਲੱਗਦੇ ਸੀਗੇ ਨਾਲੇ ਮਾਂ ਜੇ ਨਹੀਂ ਹੁੰਦਾ ਰਿਸ਼ਤਾ ਨਾ ਹੋਵੇ ਮੈਂ ਤਾਂ ਵਿਆਹ ਹੀ ਨਹੀਂ ਕਰਾਉਂਦੀ ਅਜੇ ਮੇਰੇ ਵਿਆਹ ਕਰਕੇ ਮੇਰੇ ਭਰਾ ਦੀ ਤੇ ਮੇਰੇ ਮਾਂ ਦੀ ਬੇਇੱਜ਼ਤੀ ਹੁੰਦੀ ਹੈ ਨਾ ਮੈਨੂੰ ਲੋੜ ਨਹੀਂ ਇਹੋ ਜਿਹੇ ਡੋਲੇ ਦੀ ਮੈਂ ਘਰੇ ਹੀ ਠੀਕ ਆ ਆਏ ਪੁੱਤ ਕੇ ਮੈਨੂੰ ਵਿਆਹ ਕਰਾਉਣਗੇ ਵਿਆਹ ਤਾਂ ਕਰਨਾ ਹੀ ਪਊਗਾ ਤੈਨੂੰ ਪਤਾ ਨਹੀਂ ਲੋਕਾਂ ਨੇ ਜਿਹਾਉਣ ਨਹੀਂ ਦੇਣਾ ਨਾਲੇ ਦੁੱਖ ਤਾਂ ਮੈਨੂੰ ਇਸ ਗੱਲ ਦਾ ਵੀ ਜੀ ਅੱਜ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਤੇਰੇ ਵਿਆਹ ਤੇ ਲਾ ਦਿੰਦੀ ਤੇ ਮੈਂ ਜਮਾ ਨਾ ਕਹਾਂਗੀ ਨਾ ਮੇਰੀ ਮਾਂ ਇੱਕ ਗੱਲ ਦੱਸ ਤੂੰ ਲੋਕਾਂ ਬਾਰੇ ਸੋਚਦੀ ਆ ਨਾ ਹੁਣ ਲੋਕ ਆਪਣਾ ਕਿ ਹੱਥ ਫੜ ਲੈਂਦੇ ਆ ਲੋਕ ਤਾਂ ਗੱਲਾਂ ਕਰਨ ਆ ਲਿਆ ਲੋਕ ਹੁਣ ਵੀ ਗੱਲਾਂ ਕਰਦੇ ਆ ਜੇ ਨਾ ਵਿਆਹੇਗੀ ਲੋਕ ਤਾਂ ਵੀ ਗੱਲਾਂ ਕਰਨਗੇ ਜੇ ਵਿਆਹ ਦੇਗੀ ਲੋਕ ਤਾਂ ਵੀ ਗੱਲਾਂ ਕਰਨਗੇ ਆ ਲੋਕਾਂ ਪਿਛੇ ਲੱਗ ਕੇ ਨਾ ਆਪਦੀ ਜ਼ਿੰਦਗੀ ਥੋੜਾ ਖਰਾਬ ਕਰਨੀ ਆ ਲੋਕਾਂ ਤੋਂ ਆਪ ਗਾਲ੍ਹਾਂ ਲੈਣੀਆਂ ਨੇ ਉਹ ਨਹੀਂ ਮਨਿੰਦਰ ਕਿੰਨਾ ਚਿਰ ਤੂੰ ਘਰੇ ਬੈਠੇ ਰਹੇਂਗੇ ਤੂੰ ਆਪ ਦੱਸ ਲੋਕ ਮੈਨੂੰ ਕੀ ਕਹਿਣਗੇ ਕਿ ਖਾਨ ਮਾਰਾ ਆਪਦੀ ਭੈ ਹੈਂ ਪਰ ਉਹੀ ਤਾਂ ਗੱਲ ਆ ਪੁੱਤ ਵੀ ਕਰੇ ਕਰਾਏ ਬਿਨਾ ਤਾਂ ਹੁੰਦਾ ਨਹੀਂ ਕਰਨਾ ਤਾਂ ਰਿਸ਼ਤਾ ਪਊਗਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜਾ ਰਿਸ਼ਤੇ ਵਾਲਾ ਆਉਂਦਾ ਤੈਨੂੰ ਦੇਖਣ ਉਹੀ ਐਡਾ ਮੂੰਹ ਟੱਡ ਕੇ ਬੈਹ ਜਾਂਦਾ ਵੀ ਕੀ ਆਪਾਂ ਨੂੰ ਇਹ ਸਾਸ ਕਰਾਉਂਦਾ ਵੀ ਤੁਸੀਂ ਗਰੀਬ ਹੋ ਨਹੀਂ ਮਾਂ ਲੋਕੋ ਨਾ ਅੱਜ ਕੱਲ ਲਾਲਚੀ ਹੋਏ ਪਏ ਆ ਐਂ ਤਾਂ ਦੇਖਦੇ ਨਹੀਂ ਵੀ ਕੁੜੀ ਕੰਮਕਾਰ ਵਾਲੀ ਹੈਗੀ ਆ ਜਾਂ ਪੜ੍ਹੀ ਲਿਖੀ ਆ ਲੋਕ ਤਾਂ ਨਾ ਬਸ ਐਵੇਂ ਸਾਡਾ ਮੂੰਹ ਭਰਦੇ ਨੇ ਇਹ ਮੁੜ ਕੇ ਬਾਅਦ ਚ ਜਿਹੜੀਆਂ ਮੂੰਹ ਭਰਦੀਆਂ ਆ ਕੇ ਵਾਲੀਆਂ ਹੁਕਮ ਚਲਾਉਂਦੀਆਂ ਫਿਰ ਕਹਿੰਨ ਕਿ ਨੋਹਾ ਮਾਰਦੀਆਂ ਨੇ ਉਹ ਤੁਹਾਨੂੰ ਨਹੀਂ ਪਤਾ ਬਸ ਆ ਜਿਹੜੀ ਆਪਾਂ ਪੜ੍ਹਾਈ ਕੀਤੀ ਹੈ ਨਾ ਇਹ ਪੜ੍ਹਾਈ ਦਾ ਹੀ ਮੁੱਲ ਨਹੀਂ ਹੈਗਾ ਜੇ ਭਾਈ ਸਰਕਾਰੀ ਨੌਕਰੀ ਦੇ ਦੇ ਹਰੇਕ ਬੱਚਾ ਆਪਦੇ ਪੈਰਾਂ 'ਤੇ ਖੜ੍ਹਾ ਹੋ ਜਾਏ ਤੇ ਕਿਉਂ ਕਿਸੇ ਤੋਂ ਕਹਾਉਣ ਦਾ ਮੌਕਾ ਮਿਲੇ ਗਣਤ ਤਕਰੀਬੀ ਮਾਰ ਜਾਂਦੀ ਆ ਮਾਪਿਆਂ ਨੂੰ ਜਿਵਾਗ ਪੜੇ ਲਿਖੇ ਵੀ ਕੀ ਕਰਨਗੇ ਨਹੀਂ ਮਾਂ ਬਾਕੀ ਸੰਜੋਗਾਂ ਦੀ ਵੀ ਗੱਲ ਹੋਈ ਏ ਜਿੱਥੇ ਮੇਰੇ ਸੰਜੋਗ ਹੋਣਗੇ ਨਾ ਮੇਰਾ ਆਪੇ ਹੋ ਜਾਊਗਾ ਤੁਸੀਂ ਟੈਨਸ਼ਨ ਨਾ ਲਓ ਜਾਂ ਤੂੰ ਕੰਮ ਕਰ ਲੈ ਕੋਈ ਜਾ ਕੇ ਐ ਨਾ ਬੈਠਨ ਮੂਹਲ ਮਕਾ ਕੇ ਮਨਿੰਦਰ ਕੰਮ ਕਰਨ ਨੂੰ ਕਿੱਥੇ ਜੀ ਕਰਦਾ ਸਾਡਾ ਸਾਡਾ ਤਾਂ ਮਨ ਟੁੱਟ ਗਿਆ ਹੁਣ ਆ ਚੌਥੀ ਵਾਰ ਆਹੀ ਗੱਲ ਹੋ ਗਈ ਬਸ ਆ ਇੱਕ ਆਸ ਸੀਗੀ ਵੀ ਚੱਲ ਹੁਣ ਤੇਰਾ ਹੋ ਜੂ ਰਿਸ਼ਤਾ ਚੱਲ ਅਸੀਂ ਵੀ ਆਪਦਾ ਫਰਜ਼ ਲਾ ਦੇਾਂਗੇ ਪਰ ਉੱਥੋਂ ਵੀ ਠੋਕਰ ਵੱਜ ਗਈ ਚੱਲ ਚੰਗਾ ਬੇਬੇ ਸਾਰਾ ਦਿਨ ਹੋ ਗਿਆ ਹਣ ਘਰੇ ਬੈਠੇ ਨੂੰ ਮਾੜਾ ਜਿਹਾ ਮੈਂ ਬਾਹਰ ਜਾਇਆ ਜਾਇਆ ਯਾਰ ਦੋਸਤਾਂ ਕੋਲ ਜਿਆਦਾਤਰ ਮਨ ਸੱਚੀ ਇੱਕ ਤਾਂ ਜਵਾਕ ਫਿਰਦਾ ਇਹ ੱਤਕੇ ਖਾਂਦਾ ਫਿਰਦਾ ਚੱਕ ਕੇ ਫੈਲਾ ਉਧਰੋਂ ਆ ਤੇਰੀਆਂ ਕੀਤੀਆਂ ਵੀ ਖੂਚ ਗਈਆਂ ਮਿੰਟ ਚ ਅਗਲਾ ਉਹ ਪੜ੍ਹਾਈ ਲਿਖਾਈ ਦੀ ਕਦਰ ਨਹੀਂ ਕਰਦਾ ਮਨਿੰਦਰ ਮੇਰੀ ਗੱਲ ਸੁਣ ਲਾ ਫੇਰ ਬੋਲੀ ਤੂੰ ਆ ਪੈਸਿਆਂ ਨਾਲ ਲੈ ਕੇ ਭਾਜਾਂਦਾ ਅਗਲਾ ਲਰੇ ਆਖੇ 500 ਬੰਦੇ ਦੀ ਸੇਵਾ ਕਰ ਦਿਓ ਵੀ ਤੁਸੀਂ ਆਏ ਤਾਂ ਦੇਖ ਲਓ ਪੜ੍ਹੀ ਲਿਖੀ ਕੁੜੀ ਆ ਸੋਹਣੀ ਸੁਨੱਖੀ ਆ ਤੁਸੀਂ ਉਹਦਾ ਦੇਖ ਲਓ ਉਹ ਤਾਂ ਤੁਹਾਨੂੰ ਦਿਸਿਆ ਨਹੀਂ 500 ਬੰਦਾ ਤੁਹਾਨੂੰ ਦਿਸ ਗਿਆ ਵੀ ਅਸੀਂ ਸੇਵਾ ਕਰਨੀ ਆ ਸਰਮ ਮੀਉ ਛੱਡ ਨਾਲ ਤੂੰ ਆਕਾਸ਼ ਕੋਲ ਨਾ ਬਾਲਾ ਮਨ ਦੁਖੀ ਨਾ ਕਰਿਆ ਕਰ ਮੁੜ ਕੇ ਜੀ ਦਿਲ ਤੇ ਕੀ ਅਸਰ ਹੋਊਗਾ ਹਾਂ ਜਵਾਕ ਨੇ ਕੁਛ ਕਰ ਲਿਆ ਆਪਾਂ ਕੀ ਕਰਾਂਗੇ ਕੱਲਾ ਕੱਲਾ ਤਾਂ ਹੈਗਾ ਤੂੰ ਇਹਦੇ ਕੋਲ ਨਾ ਮਨ ਨਾ ਦੁਖੀ ਕਰਿਆ ਕਰ ਸਮਝਾ ਦੇ ਹੌਸਲਾ ਵਧਾਇਆ ਕਰ ਤਾਂ ਹੀ ਤਾਂ ਇਹਦੇ ਕੋਲ ਮੈਂ ਨਹੀਂ ਰੋਂਦੀ ਹੈਗੀ ਹੁਣ ਦੁੱਖ ਤਾਂ ਮੈਨੂੰ ਵੀ ਬਹੁਤ ਹੁੰਦਾ ਮਾਂ ਪਰ ਹੁਣ ਇਹਦੇ ਕੋਲ ਜੈਂ ਕਰੀ ਜਾਵਾਂਗੇ ਮੁੜ ਕੇ ਜੇ ਇਹਨੇ ਕੁਛ ਕਰ ਲਿਆ ਜਵੇਂ ਪੱਟੇ ਜਾਵਾਂਗੇ ਆਪਾਂ ਮਨਿੰਦਰ ਇਹ ਕਿਹੜਾ ਨਿਆਣਾਗਾ ਇਹ ਸਭ ਜਾਣਦਾ ਹੁਣ ਆ ਤਾਂ ਇਹਦੇ ਸਾਹਮਣੇ ਹੋਇਆਗਾ ਇਹ ਗੱਲਾਂ ਤੇ ਮੈਂ ਕੀ ਪੜਦੇ ਪਾਵਾਂ ਚਲੋ ਕੋਈ ਗੱਲ ਨਹੀਂ ਤੈਨੂੰ ਹੌਸਲਾ ਦੇ ਵੀ ਚਲ ਕੋਈ ਗੱਲ ਨਹੀਂ ਜਿੱਥੇ ਸੰਜੋਗ ਹੋਏ ਉੱਥੇ ਆਪੇ ਹੋ ਜਾਊਗਾ ਚਲ ਕੋਈ ਨਾ ਮਾ ਬਸ ਮੈਂ ਤਾਂ ਹੀ ਡਰ ਲੈਂਦਾ ਵੀ ਇਹ ਨਾ ਕੁਛ ਕਰ ਲੇ ਬਸ ਚੰਗਾ ਵਧਾ ਪੜਿਆ ਲਿਖਿਆ ਹੈਗਾ ਸਮਝਦਾ ਰਹੇਗਾ ਹੋਰ ਨਾ ਕਿਤੇ ਗਲਤ ਰਾਹਤਾਂ ਤੇ ਪੈ ਜੀ ਚਲ ਦੇਖੀ ਜਾਉ ਪੁੱਤ ਜਿਹੜਾ ਥੋੜੀ ਕਿਸਮਤ ਚ ਹੈ ਉਹੀ ਹੋਣਾ ਜੇ ਤੁਹਾਡੇ ਕਰਮ ਚੰਗੇ ਹੁੰਦੇ ਤੋਡਾ ਪਿਓ ਜਾਉਂਦਾ ਰਹਿੰਦਾ ਜਾਂ ਤੁਹਾਡਾ ਘਰ ਹੁੰਦਾ ਕੁਛ ਵੀ ਨਹੀਂ ਤਾਂ ਹੀ ਤਾਂ ਬੈਠੇ ਹੋ ਭੈਣ ਭਰਾ ਰੋਲਦੇ ਫਿਰਦੇ ਆ ਚਲ ਕੋਈ ਨਾ ਮੈਂ ਨਾ ਗੱਲ ਕਰਦੀ ਆਂ ਜੇ ਪ੍ਰਿੰਸੀਪਲ ਨਾਲ ਉਹਨਾਂ ਦੇ ਨਾਲ ਬਹੁਤ ਹੈਗੇ ਮਤਲਬ ਕਿ ਬਿਜ਼ਨਸ 'ਚ ਹੈਗੇ ਆ आहो पत् कम का पता कर लो कम तुम करना ही पवेगा चल रिश्ता चल जब हो जाए रोटी टोको करना चल कम तीन हरप्रीत की हो गया कि दम बुला लिया मैनू ठीक है ਹਾਂ ਸਰਬੋਸਠੀਕ ਹੈ ਮੈਨੂੰ ਤੇਰੇ ਨਾਲ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਕਰਨੀ ਆ ਗੱਲ ਤਾਂ ਤੂੰ ਫੋਨ ਤੇ ਕਰ ਲੈਂਦੀ ਬੁਲਾਉਣ ਦੀ ਕੀ ਲੋੜ ਸੀ ਨਹੀਂ ਮਿਲ ਕੇ ਗੱਲ ਕਰਨੀ ਸੀਗੀ ਫੋਨ ਮੈਨੂੰ ਆਏ ਹੋਏ ਪੈ ਮੈਂ ਗੱਲ ਕਰਾਂ ਕਿ ਨਾ ਬਸ ਅਕਾਸ਼ ਮੈਨੂੰ ਮਾਫ ਕਰ ਦੇ ਮਾਫ ਕਰਦਾ ਉਹ ਗੱਲ ਦੱਸ ਯਾਰ ਗੱਲ ਕੀ ਹੈ ਕਿਹੜੀ ਗੱਲ ਦੀ ਮਾਫੀ ਮੰਗੀ ਜਾਂਦੀ ਹੈ ਮੇਰੀ ਮਾਸੀ ਨਾ ਮੇਰੇ ਵਾਸਤੇ ਕੈਨੇਡਾ ਕੋ ਰਿਸ਼ਤਾ ਲਾ ਕੇ ਇਹ ਮੁੰਡਾ ਪੀ ਆ ਰਾ ਲੈ ਫਿਰ ਕਿੱਡੀ ਗੱਲ ਹੈ ਇਹ ਤਾਂ ਆਪਣੀ ਗੱਲ ਹੋਈ ਸੀਗੀ ਵੀ ਜੇ ਮੈਨੂੰ ਕੋਈ ਰਿਸ਼ਤਾ ਆ ਤਾਂ ਮੈਂ ਮੋੜ ਦੂੰਗਾ ਤੇ ਤੈਨੂੰ ਕਿਹ ਰਸਤਾ ਆ ਤੂੰ ਮੋੜ ਦੀ ਬਸ ਠੀਕ ਹੈ ਫਿਰ ਜਿਵੇਂ ਆਪਣੀ ਗੱਲ ਹੋਈ ਆ ਉਵੇਂ ਤੂੰ ਕਹਿ ਦੇ ਕਿ ਮੈਂ ਵਿਆਹ ਨਹੀਂ ਕਰਾਉਣਾ ਮੈਂ ਕਿਸੇ ਨੂੰ ਪਸੰਦ ਕਰਦੀ ਆ ਨਹੀਂ ਆਕਾਸ਼ ਮੇਰਾ ਰਿਸ਼ਤਾ ਨਹੀਂ ਮੋੜ ਸਕਦੀ ਨਾਲੇ ਤੂੰ ਕਿਹੜਾ ਕੋਈ ਨੌਕਰੀ ਕਰਦਾ ਜੇ ਕੋਈ ਨੌਕਰੀ ਕਰਦਾ ਹੁੰਦਾ ਫਿਰ ਤਾਂ ਮੈਂ ਘਰੇ ਗੱਲ ਕਰਦੀ ਨਾਲੇ ਘਰੇ ਗੱਲ ਕਰਕੇ ਵੀ ਕਰੂੰਗੀ ਮੰਮੀ ਕਹੂਗੀ ਵੀ ਕੋਈ ਮੁੰਡਾ ਨਕੰਮਤਾ ਕਰਦਾ ਨਹੀਂ ਸਾਰਾ ਦਿਨ ਤੂੰ ਤਾਂ ਵਿਹਲਾ ਰਹਿਣਾ ਨਾਲੇ ਅੱਗੇ ਵੀ ਕੀ ਪਤਾ ਤੈਨੂੰ ਨੌਕਰੀ ਮਿਲੂਗੀ ਕਿ ਨਹੀਂ ਹਰਪ੍ਰੀਤ ਆਗਲਾ ਹੋ ਗਿਆਂ ਯਾਰ ਹੁਣ ਕਿੱਥੇ ਗਿਆ ਉਹ ਪਿਆਰ ਕਿੱਥੇ ਗਈਆਂ ਉਹ ਗੱਲਾਂ ਜਿਹੜੀਆਂ ਕਹਿੰਦੀ ਹੁੰਦੀ ਸੀ ਮੈਂ ਤੇਰੇ ਨਾਲ ਵਿਆਹ ਕਰਾਉ ਕਮਾਲ ਆ ਯਾਰ ਬਾਰੋ ਰਿਸ਼ਤਾ ਆਇਆ ਨਹੀਂ ਤੇ ਦਾ ਇੱਕ ਮਿੰਟ ਦੀ ਰੰਗ ਬਦਲ ਗਈ ਕਾਸ਼ ਤੇਰੇ ਕੋਲ ਕੋਲਾ ਪਿਆਰ ਮਿਲ ਸਕਦਾ ਪਰ ਮੇਰੇ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦਾ ਜ਼ਰੂਰਤਾਂ ਤਾਂ ਮੇਰੀਆਂ ਕੈਨੇਡਾ ਵਾਲੇ ਪੂਰੀਆਂ ਕਰੂ ਆ ਫੜ ਤੇਰੀ ਰਿੰਗ ਤੇ ਅੱਜ ਤੋਂ ਬਾਅਦ ਮੇਰੇ ਨਾਲ ਕੋਈ ਕੰਟੈਕਟ ਨਾ ਕਰੀ ਹਰਪ੍ਰੀਤ ਕੀ ਯਾਰ ਕਿੱਥੋਂ ਕਿੱਥੋਂ ਮਾਰ ਤਾਉਗੀ ਮੈਨੂੰ ਇੱਕ ਪੈਸੇ ਕਰਕੇ ਕੀ ਕਰਾਂ ਹੁਣ ਮੇਰੇ ਕਰਕੇ ਮੇਰੀ ਭੈਣ ਦਾ ਰਿਸ਼ਤਾ ਟੁੱਟ ਗਿਆ ਮੇਰੇ ਕਰਕੇ ਮੈਨੂੰ ਹਰਪ੍ਰੀਤ ਛੱਡ ਕੇ ਚਲੀ ਗਈ ਕਰਾਂ ਤਾਂ ਮੈਂ ਕਰਾਂ ਕੀ ਕਿੱਥੇ ਜਾਵਾਂ ਆਲਾ ਯਾਰ ਦਵਾ ਦਾ ਬਣਾਉਣਾ ਹੈ ਤਿੰਨ ਵੀ ਹਾਥੀ ਮਰੀ ਜਾਣਾ ਇਹਦੇ ਤੇ ਕਿੰਨਾ ਕਾ ਵੇਖ ਕਿੰਨਾ ਕਾ ਪਾਉਣਾ ਤੇਰਾ ਆ ਪਾਲਾ ਕੁਝ ਨਹੀਂ ਆਹ ਹਾਂ ਹੁੰਦਾ ਹੋਏ ਤਾਂ ਹੁਣ ਜੀ ਸ਼ਿੱਟੀ ਲੱਗਦੀ ਆ ਅੱਜ ਜਿਵੇਂ ਆਪਣੇ ਮਨੀ ਖੇਤਾਂ ਉਦਿਆਂ ਦਾ ਆ ਜਾਂਦੇ ਸਾਮੀ ਆ ਤਾਂ ਪਹਿਲਾਂ ਹੀ ਪਤਾ ਸੀ ਇਹਨੇ ਜਾਣਾ ਕਿੱਥੇ ਆ ਇੱਥੇ ਆਊਗਾ ਇਹ ਆਪਣੇ ਕੋਲ ਓਏ ਆ ਲੱਡੀ ਕਿਵੇਂ ਆ ਠੀਕ ਐ ਬਾਈ ਬਸ ਫੱਟ ਜਾਣੀ ਲੱਗਦਾ ਕੀ ਹੋਇਆ ਓਕੇ ਉਹ ਬੋਲ ਕੇ ਬਹਿ ਗਿਆ ਦੱਸ ਕੋਈ ਦੁੱਖ ਸੁੱਖ ਠੀਕ ਆ ਦੁੱਖ ਸੁੱਖ ਭੁੱਲਣ ਦਾ ਬਾਈ ਤੁਹਾਡੇ ਕੋਲੇ ਆਇਆ ਦੱਸ ਕੀ ਚਾਹੀਦਾ ਓ ਚਾਹੀਦਾ ਕੀ ਆ ਉਹੀ ਨੇੜਾ ਕੋਸਾ ਆਪਾ ਕਰਦੇ ਚੱਲੇ ਠੇਕੇ ਦੇ ਠੇਕੇ ਦੇ ਤਾਂ ਕੋਈ ਨਹੀਂ ਚਾਲਦੇ ਆ ਓਏ ਤੂੰ ਆਹ ਲਵਾ ਇਹਨੂੰ ਕਿਹੜਾ ਟਰੱਕ ਆ ਲਾ ਉਹ ਦੇਖੀ ਪੂਰਾ ਤੇਜ ਆ ਤੇ ਜਦੋਂ ਗੱਲ ਬਣ ਜੂ ਕਿਹੜਾ ਬੰਦ ਤੂੰ ਕਿਹੜਾ ਹਾਂ ਓ ਮਸਤ ਲੱਗੂ ਕਹਿੰਦੇ ਚੰਡੋਲ ਤੇ ਚੜਿਆ ਹੁੰਨਾ ਓਕੇ ਬੀੜੀ ਪੱਤੀ ਪੈ ਗੇ ਕੋਈ ਹੈ ਨਹੀਂ ਬਈ ਹੋਰ ਆ ਲਾ ਫਿਰ ਤੂੰ ਯਾਰਾ ਬਈ ਹਾਂ ਓ ਚੱਕ ਚੱਕ ਕੋਈ ਨਹੀਂ ਓ ਚੱਕ ਕੁਛ ਨਹੀਂ ਹੁੰਦਾ ਅਸੀਂ ਵੀ ਤੇਰੇ ਨਾਲ ਦੀ ਆ ਤੂੰ ਲਾ ਤੂੰ ਐਂ ਦੇ ਵੇਖ ਕਿਉਂ ਕਵਰਾ ਹੋਣਾ ਚੰਡੋਲਤੀ ਤੁਰਿਆ ਫਿਰੇਂਗਾ ਅੱਜ ਲਾਲਾ ਲਾਲਾ ਬਾਈ ਲਾਲਾ ਓਏ ਜਦੋਂ ਤੂੰ ਟੈਟ ਦਾ ਪੇਪਰ ਕਲੀਅਰ ਕੀਤਾ ਸੀਗਾ ਔਰ ਤੂੰ ਵੀ ਪਹਿਲੀ ਵਾਰ ਯਾ ਨਸ਼ਾ ਕੀਤਾ ਸੀ ਓਏ ਅਸੀਂ ਤਾਂ ਕੋਸ਼ਿਸ਼ ਨਹੀਂ ਕਰਦੇ ਤੇਰੇ ਰਾਹਾਂ 'ਚੋਂ ਲੰਘ ਚੁੱਕੇ ਆ ਮਿੱਤਰਾ ਓਏ ਕੁਛ ਨਹੀਂ ਹੁੰਦਾ ਖਿੱਚ ਖਿੱਚ ਐਵੇਂ ਨਹੀਂ ਟੈਂਕ ਮਾਰ ਬੁੱਲਾ ਚ ਯਾਰ ਤੈਨੂੰ ਹੋਰ ਵੀ ਕਰਾ ਦਾਂਗੇ ਡਰਾਂ ਥਾਡੇ ਹੁੰਦੇ ਤੈਨੂੰ ਉਹ ਬਾਲਾ ਕਰਦਾ ਜੇ ਜਮਾ ਹੀ ਨਹੀਂ ਸਰਦਾ ਤਾਂ ਪਾਰਟੀ ਨੂੰ ਸੱਤ ਲੈਨੇ ਆ दारू पीनी है भाई चल फिर चल ठेके ते चल ठेके ते चल दिया आ लागे हो खड़ा चल आ जा चल ठेके ते चल गए भाई दारू पीन ता चल बे आपा ਹਾਂ ਪਰ ਮੇਰੇ ਕੋਲ ਤਾਂ ਯਾਰ ਪੈਸੇ ਹੈ ਨਹੀਂ ਉਹ ਕੋਈ ਗੱਲ ਨਹੀਂ ਕਰ ਲੈਨੇ ਆ ਹੱਲ ਤੈਨੂੰ ਵੀ ਸਿਖਾਉਣੇ ਆ ਹੁਣ ਸਾਮੀ ਲੁੱਟ ਲੈਨੇ ਆ ਕੋਈ ਐ ਨਹੀਂ ਡਰੀਦਾ ਹੁੰਦਾ ਸੀ ਮੈਂ ਤੇ ਗੱਲ ਤੂੰ ਦੇਖੀ ਜਾਈ ਆ ਟੈਨਸ਼ਨਾਂ ਹੀ ਆਦਾ ਨਾ ਇੰਨੇ ਜਰ ਜੇ ਭੱਜ ਹੁਣ ਤੈਨੂੰ ਐ ਕੁਛ ਨਾ ਕੁਛ ਸੈੱਟ ਹੋ ਗਿਆ ਲਾ ਕੇ ਭਾਈ ਹਾਂ ਪੈਸੇ ਆਪਾਂ ਲੁੱਟਾਂਗੇ ਤਾਂ ਓਏ ਨਾ ਡਰਦਾ ਯਾਰ ਆ ਜਾ ਮੈਂ ਹੈਗਾ ਪੈਸੇ ਪੂਸੇ ਦੀ ਤੂੰ ਡਰਨਾ ਤੈਨੂੰ ਕੋਈ ਨਹੀਂ ਨਜ਼ਾਰੇ ਠੀਕ ਐ ਐਵੇਂ ਨਾ ਸਰਸਾ ਓਹੀ ਛੋਟਾ ਇਹਨੂੰ ਪਤਾ ਹੀ ਨਹੀਂਗਾ ਆਈ ਕੱਢ ਲਾਂਗੇ ਕੋਈ ਇੱਕ ਮਾਂ ਚ ਆਇਆ ਨਹੀਂ ਬਣੀ ਤੂੰ ਡਰਨਾ ਚੋਰੀਆਂ ਕਰਨੀਆਂ ਪੈਣਗੀਆਂ